ਹਾਂਜੀ ਵਿਦਿਆਰਥੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪੰਜਾਬੀ ਸਾਹਿਤ ਦੀ ਜਮਾਤ ਵਿੱਚ ਪੰਜਾਬੀ ਸਾਹਿਤ ਵਿੱਚ ਆਪਾਂ ਆਪਣੇ ਆਧੁਨੀ ਕਵੀ ਪੜ੍ਹ ਰਹੇ ਹਾਂ ਜ ਜਿਹਦੇ ਵਿੱਚ ਆਪਾਂ ਅਗਲਾ ਆਪਣਾ ਕਵੀ ਹੈ ਜਿਹੜਾ ਉਹ ਪੜ੍ਹਨਾ ਹੈ ਡਾਕਟਰ ਹਰਪ੍ਰਜਨ ਸਿੰਘ ਡਾਕਟਰ ਹਰਪ੍ਰਜਨ ਸਿੰਘ ਦੀਆਂ ਕਵਿਤਾਵਾਂ ਦੇ ਰੱਖੀਆਂ ਮੈਂ ਤੁਹਾਨੂੰ ਦੱਸਿਆ ਵੀ ਸੀ ਵੀ ਮੇਰਾ ਇੱਕ ਫੇਵਰੇਟ ਹੈ ਇਹ ਹਾਂ ਮਤਲਬ ਕਿ ਬਹੁਤ ਸਾਰੇ ਫੇਵਰੇਟ ਆ ਮੈਂ ਤੇ ਪਰ ਉਹਨਾਂ ਦੇ ਵਿੱਚੋਂ ਇੱਕ ਹੈ ਜਿਹੜਾ ਉਹ ਵੀ ਹੈ ਆ ਇੱਕ ਤਾਂ ਹੈਗੀ ਆ ਤੂੰ ਬੜੀ ਮਾਸੂਮ ਏ ਸੇਜ ਸੁਖਾਲੀ ਅਪ੍ਰਮਾਣਿਕ ਤੇ ਇੱਕ ਹੈਗੀ ਆ ਸੜਕ ਦੇ ਸਫੇ ਉੱਤੇ ਤੇ ਚੱਲ ਖੁਸ਼ਬੋਏ ਬੜੀ ਸ਼ਾਨਦਾਰ ਕਵਤਾਵਾਂ ਇਹਦੀਆਂ ਆਜੋ ਫਿਰ ਸਭ ਤੋਂ ਪਹਿਲਾਂ ਦੇਖਦੇ ਆ ਡਾਕਟਰ ਹਰਪਜਨ ਸਿੰਘ ਦੇ ਜੀਵਨ ਬਾਰੇ ਇਹਦੇ ਵਿੱਚ ਕੀ ਕੁਝ ਦੇ ਰੱਖਿਆ ਭਾਈ ਵੀਰ ਸਿੰਘ ਜੀ ਤਾਂ ਆਪਣਾ ਹੋ ਗਿਆ ਕਲੀਅਰ ਹਰਪਜਨ ਸਿੰਘ ਹਰਪ੍ਰਜਨ ਸਿੰਘ ਦਾ ਜਨਮ ਹੈ ਜੀ ਜਿਹੜਾ 18 ਅਗਸਤ 1920 ਦੇ ਵਿੱਚ ਲੰਡਿੰਗ ਆਸਾਮ ਦੇ ਵਿੱਚ ਜਨਮ ਹੋਇਆ ਜੀ ਅਧਿਆਪਨ ਨੂੰ ਕਿੱਤੇ ਦੇ ਵਿੱਚੋਂ ਅਧਿਆਪਕ ਸੀ ਤੇ ਕਾਵ ਰਚਨਾ ਦਾ ਬੜਾ ਸ਼ੌਕ ਗੁਰਮੁਖੀ ਅੱਖਰਾਂ ਵਿੱਚ ਉਪਲਬਧ ਹਿੰਦੀ ਕਵਿਤਾ ਨੂੰ ਆਪਣੀ ਗੰਭੀਰ ਅਧਿਐਨ ਥੱਲੇ ਲਿਆ ਕੇ ਉਸ ਨੇ ਪੀ ਐਚ ਡੀ ਹਿੰਦੀ ਵਿੱਚ ਪ੍ਰਾਪਤ ਕੀਤੀ ਉਹਨੇ ਕੀ ਕੀਤਾ ਵੀ ਗੁਰਮੁਖੀ ਅੱਖਰਾਂ ਦੇ ਵਿੱਚ ਜਿਹੜੀ ਹਿੰਦੀ ਸੀ ਉਹਨੇ ਮਤਲਬ ਹਿੰਦੀ ਹੈ ਜਿਹੜੀ ਉਹ ਗੁਰਮੁਖੀ ਅੱਖਰਾਂ ਦੇ ਵਿੱਚ ਪੜ੍ਹੀ ਕਹਿਣ ਦਾ ਮਤਲਬ ਹੂੰ ਹਜੀ ਇਸ ਰਚਨਾ ਦੇ ਖੇਤਰ ਦੇਖ ਲੋ ਸਿਰਜਣਾ ਤੇ ਆਲੋਚਨਾ ਦੋਨੋਂ ਹੀ ਕੀਤੇ ਆ ਆਲੋਚਨਾਵਾਦੀ ਵੀ ਹੋਇਆ ਇਹ ਕਹੇ ਆਲੋਚਨਾ ਸੰਬੰਧੀ ਵੀ ਆਪਣੀਆਂ ਇਹਨਾਂ ਕਿਤਾਬਾਂ ਲਿਖੀਆਂ ਆਲੋਚਨਾ ਸੰਬੰਧੀ ਵੀ ਆਪਣੀ ਖੋਜ ਚਰਚਾ ਕੀਤੀ ਹੈ ਤੇ ਉਹਦੇ ਨਾਲ ਨਾਲ ਕੀ ਹੈ ਤੁਹਾਨੂੰ ਪਤਾ ਹੀ ਹੈ ਕਵਿਤਾ ਹੈਗਾ ਹੀ ਹੈ ਕਵੀ ਤੇ ਆਲੋਚਕ ਇੱਕੋ ਸਮੇਂ ਹੋਇਆ ਇਹ ਲਾਸ਼ਾ 1955 ਦੇ ਵਿੱਚ ਤਾਰ ਤੁਪਕਾ 1957 ਅਧ ਰੈਣੀ 1963 ਸੜਕ ਦੇ ਸਫੇ ਉੱਤੇ ਤਾਂ ਆਪਾਂ ਪੜਾਂਗੇ 1967 ਕਾਵ ਸੰਗ੍ਰਹਿ ਜਿਹੜੇ ਨਾ ਧੁੱਪੇ ਨਾ ਛਾਵੇਂ 1964 ਅਲਫ਼ ਦੁਪਹਿਰ 1972 ਮੈਂ ਜੋ ਬੀਤ ਗਿਆ ਇਹਦੇ 49ਵੇਂ ਕਾਵ ਸੰਗ੍ਰਹਿ ਦਾ ਤੀਜਾ ਐਡੀਸ਼ਨ 1989 ਦੇ ਵਿੱਚ ਜਿਹੜਾ ਇਹ ਐਡੀਸ਼ਨ ਹੈ ਜਿਹੜਾ ਉਹ ਛਪਿਆ ਸੀਗਾ ਤੇ ਇਹਦਾ ਨਾਮ ਹੈ ਜੀ ਹਾਂ ਮੈਂ ਜੋ ਬੀਤ ਗਿਆ ਇਹਦੀਆਂ ਕੁਝ ਕਚੌਣਵੀਆਂ ਕਵਿਤਾਵਾਂ ਨੂੰ ਕੱਢ ਕੇ ਹਰਪ੍ਰਜਨ ਸਿੰਘ ਦੀਆਂ ਨੂੰ ਉਹਦੇ ਵਿੱਚ ਹਰਪ੍ਰਜਨ ਸਿੰਘ ਜੀ ਨੇ ਆਪਣੀਆਂ ਚੌਣਵੀਆਂ ਕਵਿਤਾਵਾਂ ਮੈਂ ਜੋ ਬੀਤ ਗਿਆ ਕਾਵ ਸੰਗ੍ਰਹਿ ਦੇ ਵਿੱਚ ਸੁਪਮਾਈਆਂ ਨਾ ਤੋਂ ਪੇਨਾ ਛਾਵੇਂ ਅਗਰ ਪੁੱਛਿਆ ਜਾਵੇ ਵੀ 94 ਕਾਵ ਸੰਗ੍ਰਹਿ ਵਾਲਾ ਐਡੀਸ਼ਨ ਕਿਹੜਾ ਹੈ ਦੇ ਵਿੱਚੋਂ 94 ਕਾਵ ਸੰਗ੍ਰਹਿ ਵਾਲਾ ਕਿਹੜਾ ਆ ਕਾਵ ਕਿਹੜਾ ਹੈਗਾ ਚੌਣਵੀਆਂ ਕਵਿਤਾਵਾਂ ਵਾਲਾ ਕਾਵ ਸੰਗ੍ਰਹਿ ਕਿਹੜਾ ਤਾਂ ਤੁਹਾਡਾ ਉੱਤਰ ਹੋਣਾ ਚਾਹੀਦਾ ਮੈਂ ਜੋ ਬੀਤ ਗਿਆ ਨਾ ਤੋਂ ਪਹਿਨਾ ਚਾਵੇਂ ਨੂੰ ਸਾਹਿਤ ਅਕਾਦਮੀ ਪੁਰਸ਼ਕਰ ਮਿਲਿਆ ਆਲੋਚਨਾ ਦੇ ਗ੍ਰੰਥ ਕਿਹੜੇ-ਕਿਹੜੇ ਆ ਅਧਿਆਨ ਤੇ ਅਧਿਆਪਨ ਮੁੱਲ ਤੇ ਮੁਲਾਂਕਣ ਸਾਹਿਤ ਸ਼ਾਸਤਰ ਪਾਰਗਾਮੀ ਰਚਨਾ ਸੰਸਾਰ ਰੂਪਕੀ ਸਾਹਿਤ ਵਿਗਿਆਨ ਸਿਸਟਮੀ ਸਾਹਿਤ ਅਧਿਆਨ ਆਦਿਕ ਡਾਕਟਰ ਹਰਭਜਨ ਸਿੰਘ ਨੇ ਮੈਂ ਜੋ ਬੀਤ ਗਿਆ ਮੈਂ ਜੋ ਬੀਤ ਗਿਆ ਕਾਵ ਸੰਗ੍ਰਹਿ ਆ ਜਿਹੜਾ ਤੀਜਾ ਐਡੀਸ਼ਨ ਸੀ ਇਹਦਾ ਜਿਵੇਂ ਮੇਰੀ ਬੁੱਕ ਰੀਟ ਦੀ ਦੋ ਦੂਜੇ ਐਡੀਸ਼ਨ ਆ ਚੁੱਕੀ ਹੈ ਦੂਸਰੀ ਵਾਰ ਉਹਨੂੰ ਕਿਹਾ ਹੋਵੇ ਕਿਹਾ ਹਾਂ ਕਿ ਉਸਨੇ ਜੋ ਵੀ ਕਾਵ ਰਚਨਾ ਕੀਤੀ ਹੈ ਉਸ ਦੀ ਬਿਰਤਰੀ ਬਿਰਤੀ ਵਰਜਨਾ ਮੁਖ ਹੈ ਥਾਂ ਥਾਂ ਤੇ ਰੋਕਾ ਹਨ ਇਹ ਜਿਹੜੀ ਗੱਲ ਇੰਨੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਸਭ ਤੋਂ ਪਹਿਲਾਂ ਤਾਂ ਇਹ ਗੱਲ ਧਿਆਨ ਰੱਖਿਓ ਵੀ ਇਹ ਗੱਲ ਡਾਕਟਰ ਹਰਪਜਨ ਸਿੰਘ ਨੇ ਆਕੀ ਹੈ ਆਪਣੇ ਪਿੰਡੇ ਤੋਂ ਪਾਰ ਭੂਮਿਕਾ ਜਿਹੜੀ ਉਹ ਲਿਖੀ ਹੈ ਭੂਮਿਕਾ ਲਿਖਦੇ ਆ ਨਾ ਇੰਡੈਕਸ ਲਿਖਦੇ ਆ ਹਨ ਕਵੀ ਮੈਨੂੰ ਲੱਗਦਾ ਇਹਦੇ ਵਿੱਚ ਵੀ ਆ ਦੇਖੋ ਆ ਜਿਹੜੀ ਤੁਹਾਡੀ ਆਹੀ ਹੈ ਇਹਦੀ ਫੋਟੋਕਾਪੀ ਲਈ ਫਿਰਦਾਮ ਸ਼ੁਰੂ ਤੁਸੀਂ ਦੇਖ ਰਹੇ ਹੋਵੋਗੇ ਇੱਥੇ ਭੂਮਿਕਾ ਲਿਖੀ ਹੋਈ ਹੈ ਹਨਾ ਭੂਮਿਕਾ ਲਿਖੀ ਜਾਂਦੀ ਹੈ ਜਿਹੜੀ ਇਸ ਨੇ ਕੀ ਕੀਤਾ ਭੂਮਿਕਾ ਦਾ ਨਾਮ ਕੀ ਲਿਖਿਆ ਸੀਗਾ ਹਾਂ ਭੂਮਿਕਾ ਦਾ ਨਾਮ ਆਪਣੇ ਪਿੰਡੇ ਤੋਂ ਪਰ ਵੀ ਆਪਣੇ ਸਰੀਰ ਤੋਂ ਪਰੇ ਕਹਿਣ ਦਾ ਮਤਲਬ ਵੀ ਉਸ ਨੇ ਜੋ ਵੀ ਕਾਵ ਰਚਨਾ ਕੀਤੀ ਹੈ ਉਸ ਦੀ ਬਿਰਤੀ ਸਰਜਣਾਮੁਖ ਹੈ ਵਰਜਣਾਮੁਖ ਹੈ ਥਾਂ ਥਾਂ ਤੇ ਰੁਕਾ ਹਨ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਇਹ ਲਿਖੀ ਕਿਹੜੇ ਕਾਵ ਸੰਗ੍ਰਹਿ ਦੀ ਭੂਮਿਕਾ ਦੇ ਵਿੱਚ ਆ ਇਹ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਹਰ ਭਜਨ ਸਿੰਘ ਬਾਰੇ ਸਭ ਤੋਂ ਔਖਾ ਪ੍ਰਸ਼ਨ ਬਣਦਾ ਹੈ ਇਹ ਕਿਤੇ ਵੀ ਕਿਸੇ ਵੀ ਵੱਡੀ ਆਥੈਂਟਿਕ ਬੁੱਕ ਦੇ ਵਿੱਚ ਨਹੀਂ ਦੇ ਰੱਖਿਆ ਬੀ ਵਾਲੀ ਬੁੱਕ ਦੇ ਵਿੱਚ ਦੇ ਰੱਖਿਆ ਇਹ ਸਮਝੋ ਇਸ ਗੱਲ ਨੂੰ ਦੁਬਾਰੇ ਫੇਰ ਵੀ ਇਹ ਜਿਹੜੀ ਗੱਲ ਜਿਹੜੀ ਟੂਕ ਇਹ ਜਿਹੜੀ ਦਿੱਤੀ ਹੋਈ ਹੈ ਹਰ ਭਜਨ ਸਿੰਘ ਨੇ ਆਪਣੇ ਮੂੰਹ ਆਖੀ ਹੈ ਤੇ ਇਹ ਕਿਹੜੇ ਕਾਵ ਸੰਗ੍ਰਹਿ ਦੇ ਵਿੱਚ ਦਰਜ ਹੈ ਇਹ ਹੈਗੀ ਹੈ ਜੀ ਮੈਂ ਜੋ ਬੀ ਤ ਗਿਆ ਕਾਵ ਸੰਗ੍ਰਹਿ ਦੀ ਭੂਮਿਕਾ ਵਿੱਚ ਹੈ ਠੀਕ ਹੈ ਜੀ ਗੱਲ ਚੇਤੇ ਰੱਖਣੀ ਹੈ ਤੁਸੀਂ ਇਹ ਕਵਿਤਾ ਨੂੰ ਆਤਮ ਪ੍ਰਗਟਾਵੇ ਦਾ ਸਾਧਨ ਜ਼ਰੂਰ ਮੰਨਿਆ ਜਾਂਦਾ ਹੈ ਪਰ ਸਮਾਜ ਜਿਸ ਹੱਦ ਤੱਕ ਇਸ ਪ੍ਰਗਟਾਵੇ ਦੀ ਆਗਿਆ ਦਿੰਦਾ ਹੈ ਉਹ ਹੱਦ ਬਹੁਤ ਸੀਮਿਤ ਜਈਏ ਕਵੀ ਨੂੰ ਲੱਗਦਾ ਹੈ ਕਿ ਸਮਾਜ ਤਾਂ ਕਾਵ ਰਚਨਾ ਦੇ ਅਨੁਕੂਲ ਨਹੀਂ ਇਹੀ ਕਾਰਨ ਹੈ ਕਿ ਉਸ ਦੀ ساری ਕਵਿਤਾ ਵਿੱਚ ਇੱਕ ਖਿਚਾਓ ਜਾਂ ਤਣਾਅ ਹੈ ਉਸ ਦੀ ਕਵਿਤਾ ਵਿੱਚ ਸਮਾਜ ਭਾਵਨਾ ਦੀ ਪ੍ਰਬਲਤਾ ਤਾਂ ਹੈ ਪਰ ਸਪਸ਼ਟ ਸਮਾਜ ਮੂਰਤ ਨਹੀਂ ਅਗਰ ਪੁੱਛਿਆ ਜਾਵੇ ਕਿ ਉਸ ਦੀ ਕਵਿਤਾ ਵਿੱਚ ਉਸ ਦੀ ਕਵਿਤਾ ਵਿੱਚ ਐਨੀ ਗੱਲ ਹੀ ਲਿਖ ਚੱਕ ਲਈ ਉਸ ਦੀ ਕਵਿਤਾ ਵਿੱਚ ਸਮਾਜ ਭਾਵਨਾ ਦੀ ਪ੍ਰਬਲਤਾ ਤਾਂ ਹੈ ਪਰ ਸਪਸ਼ਟ ਸਮਾਜ ਮੂਰਤ ਨਹੀਂ ਇਹ ਗੱਲ ਕਿਸ ਕਵੀ ਬਾਰੇ ਆਖੀ ਗਈ ਹੈ ਇਹ ਗੱਲ ਕਿਸ ਕਵੀ ਤੇ ਟੁੱਕਦੀ ਹੈ ਤਾਂ ਉਹਦਾ ਉੱਤਰ ਹੋਊਗਾ ਡਾਕਟਰ ਹਰਪਜਨ ਸਿੰਘ ਜਿਸ ਕਰਕੇ ਉਸ ਦੀ ਕਵਿਤਾ ਵਿੱਚ ਨਾਟਕੀ ਬਿਰਤੀ ਨਹੀਂ ਹੁੰਦੀ ਕਿਉਂਕਿ ਕਵਿਤਾ ਦੇ ਵਿੱਚ ਨਾਟਕੀ ਅੰਸ਼ ਹੋਣੇ ਚਾਹੀਦੇ ਆ ਦੀ ਥਾਂ ਕੇਵਲ ਮੋਨੋਲੋਗ ਮੋਨੋਲੋਗ ਰਹਿ ਜਾਂਦੀ ਆ ਮੋਨੋਲੋਗ ਦਾ ਸ਼ਾਬਦਿਕ ਅਰਥ ਹੁੰਦਾ ਆਪਣੇ ਆਪ ਨਾਲ ਗੱਲਾਂ ਸੋ ਮੋਨੋਲੋਗ ਦੇ ਨਾਲ ਸਬੰਧਿਤ ਰਚਨਾ ਕਰਨ ਵਾਲਾ ਕਵੀ ਕੌਣ ਹੈ ਡਾਕਟਰ ਹਰਪਜਨ ਸਿੰਘ ਮੋਨੋਲੋਗ ਦਾ ਸਬੰਧ ਮੋਨੋਲੋਗ ਸ਼ਬਦ ਦਾasambੰਧ ਕਿਹੜੇ ਕਵੀ ਦੇ ਨਾਲ ਹੈ ਡਾਕਟਰ ਹਰਪ੍ਰਜਨ ਸਿੰਘ ਮੇਰੀ ਗੱਲ ਨੂੰ ਸਮਝ ਰਹੇ ਹੋ ਤੁਸੀਂ ਪੂਰੇ ਪੂਰੀ ਪਕੜ ਕਰੋ ਇਸ ਗੱਲ ਤੇ ਠੀਕ ਹੈ ਇਹਦੇ ਵਿੱਚੋਂ ਪ੍ਰਸ਼ਨ ਜ਼ਰੂਰ ਆਊਗਾ ਉਸ ਦੀ ਭਾਸ਼ਾ ਦਾ ਅਗਰ ਆਪਾਂ ਪ੍ਰਸ਼ਨ ਪੁੱਛੀਏ ਵੀ ਪ੍ਰਸ਼ਨ ਕਿਵੇਂ ਉਹਦੀ ਭਾਸ਼ਾ ਕਿਵੇਂ ਦੀ ਹੈ ਜਿਹੜੀ ਕਵਿਤਾ ਦੇ ਵਿੱਚ ਉਸ ਨੇ ਵਰਤੀ ਹੈ ਪੰਜਾਬੀ ਭਾਸ਼ਾ ਉੱਤੇ ਬਹੁਤ ਮੁਹਾਰਤ ਹਾਸਲ ਹੈ ਕਿ ਉਸ ਦੀ ਕੜਾਈ ਤੇ ਕੋਮਲਤਾ ਨੂੰ ਸਮਾਨ ਸਹਿਜ ਭਾਵ ਨਾਲ ਵਰਤਦਾ ਹੈ ਗੀਤਾ ਵਿੱਚ ਸੋਗੀ ਰੋਣ ਨਹੀਂ ਕੋਈ ਗਿਲਾ ਨਹੀਂ ਕਿਉਂਕਿ ਹਰਭਜਨ ਸਿੰਘ ਪਰਗੀਤਕ ਕਵੀ ਵੀ ਹੈ ਜਿਵੇਂ ਅਮਰਤਾ ਪ੍ਰੀਤਮ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਉਹ ਵੀ ਹਰਭਜਨ ਸਿੰਘ ਇੱਕ ਪਰਗੀਤਕ ਕਵੀ ਵੀ ਹੈ ਗੀਤ ਵੀ ਲਿਖਦਾ ਹੈ ਪਰ ਇੱਕ شکایت ਜ਼ਰੂਰ ਹੈ ਇਹ ਹੀ شکایت ਇਹਨਾਂ ਗੀਤਾਂ ਦੀ ਸੰਗੀਤਮਈਤਾ ਦੀ ਜਾਨ ਹੈ ਉਸਦੇ ਗੀਤਾਂ ਵਿੱਚ ਕੋਈ ਸੋਗੀ ਰੋਣਾ ਨਹੀਂ ਹੈ ਕੋਈ ਗਿਲਾ ਨਹੀਂ ਹੈ ਸੰਗੀਤਮਈਤਾ ਦੀ ਜਿੰਦ ਜਾਨ ਹੈ ਠੀਕ ਹੈ ਹਰ ਭਜਨ ਸਿੰਘ ਦੇ ਪ੍ਰਵੇਸ਼ ਨਾਲ ਪੰਜਾਬੀ ਕਾਵਜਗਤ ਨੂੰ ਚਾਰ ਚੰਨ ਲੱਗਣੀ ਚਾਰ ਚੰਨ ਇੱਕ ਮੁਹਾਵਰਾ ਹੁੰਦਾ ਹੈ ਚਾਰ ਚੰਨ ਲੱਗ ਜਾਣੇ ਮਤਲਬ ਕੀ ਹੁੰਦਾ ਕਿਸੇ ਦੀ ਬਹੁਤ ਸਾਰੀ ਚੜ੍ਹਾਈ ਹੋ ਜਾਣੀ ਪ੍ਰਸਿੱਧੀ ਹੋ ਜਾਣੀ ਹਾਂ ਇਸ ਵਿੱਚ ਨਵ ਗਤੀ ਆਈ ਹੈ ਸचेत ਤੋਂ ਅਚੇਤ ਤੱਕ ਦਾ ਜਾਂ ਕਾਲ ਤੋਂ ਅਕਾਲ ਤੱਕ ਦਾ ਸਫ਼ਰ ਤੈਅ ਕਰਨ ਦੀ ਪ੍ਰਾਪ ਸਮਰੱਥਾ ਪ੍ਰਾਪਤ ਕੀਤੀ ਹੈ ਧਿਆਨ ਰੱਖਿਓ ਸचेत ਤੋਂ ਅਚੇਤ ਕਾਲ ਤੋਂ ਅਕਾਲ ਤੱਕ ਇਹ ਕਵਤਾ ਕਿਹਦੀ ਕਿਹੜੀ ਕਵਤਾ ਸਫ਼ਰ ਤੈ ਕਰਦੀ ਹੈ ਸचेत ਤੋਂ ਅਚੇਤ ਆਪਾਂ ਸੋਚਦੇ ਆ ਅਚੇਤ ਤੋਂ ਸचेतਤਾ ਹੋਊਗਾ ਅਕਾਲ ਤੋਂ ਕਾਲਤਾ ਹੋ ਸਕਦਾ ਪਰ ਇਹ ਕਿਵੇਂ ਮਤਲਬ ਪਹਿਲੇ ਦਾ ਜ਼ਿਆਦਾ ਆਪਾਂ ਨੂੰ ਭਲੇਖਾ ਪੈਂਦਾ ਸचेत ਤੋਂ ਅਚੇਤ ਉਸ ਦੇ ਕਾ ਵਿੱਚ ਦਰਸ਼ਨ ਹੈ ਚਿੰਤਨ ਹੈ ਪ੍ਰੇਮ ਹੈ ਪ੍ਰੇਮ ਹੈ ਅੱਗੇ ਕੀ ਹੈ ਉਸ ਦੇ ਵਿੱਚ ਅਸਤੀ ਹੈ ਮਾਨਸਿਕ ਤੱਤਾਂ ਦੇ ਵੇਰਵੇ ਹਨ ਵਿਆੰਗ ਤੇ ਟਿਚਕਰ ਹੈ ਅਤੇ ਸਭ ਤੋਂ ਵੱਧ ਉਸ ਦੀ ਕਵਤਾ ਸ਼ਬਦ ਤੇ ਅਰਥ ਦੇ ਸਫਲ ਸਮੇਲਨ ਦੀ ਕਵਤਾ ਹੈ ਉਹ ਅਜ ਦੇ ਵਿਗਿਆਨ ਯੁੱਗ बोਧ ਦਾ ਕਵੀ ਹੈ ਉਹਨੂੰ ਵਿਗਿਆਨ ਦਾ ਗਿਆਨ ਹੈ ਕਹਿਣ ਦਾ ਮਤਲਬ ਵਿਗਿਆਨ ਦਾ बोਧ ਰੱਖਦਾ ਹੈ ਉਹ ਕਵੀ ਪ੍ਰਸਿੱਧ ਕਵੀ ਹੈ ਡਾਕਟਰ ਹਰਪ੍ਰਜਨ ਸਿੰਘ ਆਓ ਫਿਰ ਆਪਾਂ ਇਸ ਨੂੰ ਡਾਕਟਰ ਹਰਪ੍ਰਜਨ ਸਿੰਘ ਨੂੰ ਆਪਾਂ ਪੜ੍ਹਦੇ ਹਾਂ ਸਾਡੇ 81 ਨੰਬਰ ਪੇਜ ਤੇ ਦਿੱਤਾ ਹੋਇਆ 81 ਹਾਂਜੀ ਸਭ ਤੋਂ ਪਹਿਲੀ ਕਵਤਾ ਹੈ ਕਿ ਤੂੰ ਬੜੀ ਮਾਸੂਮ ਹੈ ਇੱਕ ਮਜ਼ਦੂਰ ਦੀ ਵੇਥਾ ਨੂੰ ਦੱਸਿਆ ਕਵੀ ਨੇ ਬੜੇ ਸ਼ਾਨਦਾਰ ਤਰੀਕੇ ਨਾਲ ਇਹ ਮੇਰੀ ਬੜੀ ਫੇਵਰੇਟ ਕਵਤਾ ਹੈ ਤੇ ਬੜਾ ਸ਼ਾਨਦਾਰ ਲਿਖਿਆ ਇਹਦੇ ਵਿੱਚ ਤੂੰ ਬੜੀ ਮਾਸੂਮ ਹੈ ਇੱਕ ਮਜ਼ਦੂਰ ਹੈ ਜਿਹੜਾ ਆਪਣੀ ਪਤਨੀ ਨੂੰ ਕਹਿ ਰਿਹਾ ਹੈ ਕਿ ਤੂੰ ਬੜੀ ਮਾਸੂਮ ਹੈ ਹਾਂਜੀ ਆਜੋ ਫਿਰ ਇੱਕ ਤਾਂ ਹੁੰਦੇ ਦੇਖੋ ਚੀਜ਼ਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਹੁੰਦੀ ਹੈ ਪ੍ਰਮਾਣਿਕ ਇੱਕ ਹੁੰਦੀ ਹੈ ਅਪਰਮਾਣਿਕ ਹਰ ਭਜਨ ਸਿੰਘ ਹੈ ਜਿਹੜਾ ਉਹ ਐ ਪ੍ਰਮਾਣਿਕ ਕਵਿਤਾ ਲਿਖਣ ਵਾਲਾ ਕਵੀ ਹੈ ਜੇ ਤੁਸੀਂ ਸਮਝੋ ਇਸ ਗੱਲ ਨੂੰ ਪ੍ਰਮਾਣਿਕਤਾ ਉਹ ਹੁੰਦੀ ਹੈ ਕਿ ਜਿਹੜੀ ਕੋਈ ਰਜਿਸਟਰਡ ਹੋਵੇ ਐ ਪ੍ਰਮਾਣਿਕਾ ਵੀ ਜਿਹੜਾ ਅਨ ਰਜਿਸਟਰਡ ਜਿਸ ਬੰਦੇ ਦਾ ਕੋਈ ਵजूद ਨਹੀਂ ਇਸ ਦੁਨੀਆ ਤੇ ਜਿਹੜਾ ਤੁਸੀਂ ਐ ਸਮਝੋ ਵੀ ਇਸ ਦੁਨੀਆ ਦੀ ਭੀੜ-ਪਾੜ ਦੇ ਵਿੱਚ ਗਵਾਚਿਆ ਹੋਇਆ ਉਹ ਐ ਪ੍ਰਮਾਣਿਕ ਬੰਦਾ ਹੈ ਪਰਮਾਨਿਕ ਤਾਂ ਕੋਈ ਵੱਡੇ ਨੇਤਾ ਰਾਜਨੀਤੇ ਹੋ ਸਕਦੇ ਆ ਕੋਈ ਮਤਲਬ ਕੋਈ ਫਿਲਮੀ ਹਸਤੀ ਹੋ ਸਕਦੀ ਹੈ ਹੈ ਨਾ ਕੋਈ ਐਕਟਰ ਐਕਟ੍ਰੈਸ ਹੋ ਸਕਦੇ ਆ ਪਰਮਾਨਿਕ ਪਰ ਇੱਕ ਸਧਾਰਨ ਕਿਸਮ ਦਾ ਜਿਹੜਾ ਬੰਦਾ ਹੈ ਉਹ ਇੱਕ ਅਪਰਮਾਨਿਕ ਦੀ ਨਜ਼ਰ ਦੇ ਵਿੱਚ ਅਪਰਮਾਨਿਕ ਕਿਸਮ ਦਾ ਬੰਦਾ ਹੈ ਡਾਕਟਰ ਹਰਭਜਨ ਸਿੰਘ ਦੇ ਨਜ਼ਰੀਏ ਤੋਂ ਐ ਅਪਰਮਾਨਿਕ ਵਿਅਕਤੀ ਦੀ ਮਨੋਵਚਨੀ ਹੈ ਮੈਂ ਤੁਹਾਨੂੰ ਦੱਸਿਆ ਸੀ ਨਾ ਮਨੋਲੋਗ ਸ਼ਬਦ ਆਇਆ ਸੀਗਾ ਨਾ ਮਨੋਲੋਗ ਸ਼ਬਦ ਦੇ ਵਿੱਚ ਮਨੋਲੋਗ ਸ਼ਬਦ ਮਤਲਬ ਆਪਣੇ ਆਪ ਨਾਲ ਗੱਲਾਂ ਕਰਨੀਆਂ ਸੋ ਇੱਥੇ ਉਹ ਮਜ਼ਦੂਰ ਹੈ ਜਿਹੜਾ ਡਾਕਟਰ ਹਰਭਜਨ ਸਿੰਘ ਦਾ ਜਿਹੜਾ ਮਜ਼ਦੂਰ ਹੈ ਉਹ ਆਪਣੇ ਆਪ ਦੇ ਨਾਲ ਗੱਲਾਂ ਕਰ ਰਿਹਾ ਹੈ ਮਨੋਵਚਨੀ ਹੈ ਇਸ ਕਵਤਾ ਦੇ ਵਿੱਚ ਕਿਹੜੀ ਵਿਧੀ ਅਪਣਾਈ ਗਈ ਹੈ ਮਨੋਵਚਨੀ ਵਿਧੀ ਇਹ ਪ੍ਰਮਾਣਿਕ ਵਿਅਕਤੀ ਦੀ ਕਿਹੜੇ ਵਿਅਕਤੀ ਦੀ ਇਹ ਪ੍ਰਮਾਣਿਕ ਜਿਹਦਾ ਵਿਚਾਰੇ ਦਾ ਕੋਈ ਵਜੂਦ ਨਹੀਂ ਜਿਹਨੂੰ ਕੋਈ ਨਹੀਂ ਜਾਣਦਾ ਜਿਹੜਾ ਮਤਲਬ ਤੁਸੀਂ ਇਹ ਸਮਝੋ ਵੀ ਕੂੜੇ ਦੇ ਢੇਰ ਵਰਗਾ ਹਾਂ ਅਪਰਮਾਨਿਕ ਲਘੂ ਮਾਨਵ ਜੀ ਨੂੰ ਆਪਾਂ ਕਹਿ ਸਕਦੇ ਹਾਂ ਲਘੂ ਮਾਨਵ ਦੀ ਆਵਾਜ਼ ਕਿਹਾ ਜਾਂਦਾ ਹੈ ਜਿਹੜਾ ਆਪਣਾ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਉਹਨੂੰ ਆਪਾਂ ਪੜਾਂਗੇ ਲਘੂ ਮਨੁੱਖ ਦੀ ਆਵਾਜ਼ ਕਹਿੰਦੇ ਆ ਸੋ ਉਹਨੂੰ ਲਘੂ ਮਨੁੱਖ ਨੂੰ ਐ ਪਰਮਾਨਿਕ ਕਿਹਾ ਜਾਂਦਾ ਹੈ ਐ ਪਰਮਾਨਿਕ ਨੂੰ ਲਘੂ ਮਨੁੱਖ ਕਿਹਾ ਜਾਂਦਾ ਸੋ ਇੱਥੇ ਕੀ ਹੈ ਕਿ ਐ ਪਰਮਾਨਿਕ ਜਿਹੜਾ ਹੈਗਾ ਇੱਕ ਲਘੂ ਮਨੁੱਖ ਉਸ ਦੀ ਮਾਨਸਿਕ वेदना ਨੂੰ ਬਿਆਨ ਕੀਤਾ ਉਸ ਦੀ ਮਾਨਸਿਕ वेदना ਨੂੰ ਬਿਆਨ ਕੀਤਾ ਕਵੀ ਨੇ ਮਤਲਬ ਕਿ ਇੱਕ ਕਾਮਾ ਮਜ਼ਦੂਰ ਮਜ਼ਦੂਰ ਨੂੰ ਕਾਮਾ ਵੀ ਕਹਿ ਦਿੰਦੇ ਆ ਕੰਮ ਕਰਨ ਵਾਲਾ ਮਜ਼ਦੂਰੀ ਕਰਨ ਵਾਲਾ ਉਹਦੀ ਮਾਨਸਿਕ ਸਥਿਤੀ ਨੂੰ ਬਿਆਨ ਕੀਤਾ ਜੋ ਇੱਕ ਪਰਮਾਨਿਕ ਹੈ ਤੇ ਉਸ ਦੀ ਮਨੋਵਚਨੀ ਹੈ ਮਤਲਬ ਉਹ ਆਪਣੇ ਆਪ ਦੇ ਨਾਲ ਗੱਲ ਕਰ ਰਿਹਾ ਹੈ ਤੂੰ ਬੜੀ ਮਾਸੂਮ ਹੈ ਮਜ਼ਦੂਰ ਆਪਣੇ ਆਪ ਨਾਲ ਗੱਲ ਕਰ ਰਿਹਾ ਕਰਣੀ ਨੂੰ ਨਹੀਂ ਕਹਿ ਰਿਹਾ ਦੇਖੋ ਜੇ ਮੈਂ ਕਦੇ ਜ਼ਾਬਰ ਬਣਾ ਜ਼ਾਬਰ क्रूर ਲਿਖਿਆ ਹੋਇਆ क्रूर ਮਤਲਬ ਨਿਰਦਈ ਜ਼ਾਬਰ ਜ਼ਾਬਰ ਜ਼ੁਲਮ ਕਰਨ ਵਾਲਾ ਛਾਂਟਿਆਂ ਨਾਲ ਠੇਕਦਾ ਤੇਰਾ ਬदन ਨੈਣ ਤੇਰੇ ਇਸ ਤਰ੍ਹਾਂ ਨੰਦਰਦਿਆਂ ਮੇਰੀਆਂ ਅੱਖਾਂ ਦੇ ਵਿੱਚ ਤੂੰ ਢੂੰਡ ਨਾ ਸਕੇ ਹੁਸਨ ਖੋ ਲਵਾ ਵਿਸ਼ਵਾਸ ਤੇਰਾ ਲੁੱਟ ਲਵਾ ਮਨ ਦਾ ਅਮਨ ਤੂੰ ਕੀ ਜਾਣੇ ਖਤਰਿਆਂ ਭਰਿਆ ਹੈ ਤੇਰਾ ਭੋਲਾਪਨ ਤੂੰ ਬੜੀ ਮਾਸੂਮ ਏ ਤੇ ਉਹ ਮਜ਼ਦੂਰ ਹੈ ਜਿਹੜਾ ਉਹ ਮਨੋਵਚਨੀ ਕਰ ਰਿਹਾ ਮੋਨੋਲੋਗ ਵਿਧੀ ਨੂੰ ਅਪਣਾ ਰਿਹਾ ਮਜ਼ਦੂਰ ਉਹ ਕਹਿ ਰਿਹਾ ਆਪਣੀ ਪਤਨੀ ਨੂੰ ਕੀ ਕਹਿ ਰਿਹਾ ਕਿ ਤੂੰ ਬੜੀ ਮਾਸੂਮ ਏ ਜੇ ਮੈਂ ਕਦੇ ਜ਼ੁਲਮੀ ਬਣ ਜਾ ਮੈਂ ਕਦੇ ਜ਼ਬਰ ਜ਼ੁਲਮ ਜ਼ੁਲਮੀ ਬਣ ਜਾ ਛੱਡਿਆਂ ਨਾਲ ਠੇਕਦਾ ਤੇਰਾ ਬਦਨ ਠੇਕਣਾ ਮਤਲਬ ਹੁੰਦਾ ਛਾਪੇ ਦੇ ਨਿਸ਼ਾਨ ਪੈ ਜਾਣੇ ਛੰਟੀਆਂ ਨਾਲ ਮਤਲਬ ਛਿਟੀ ਨਾਲ ਮਤਲਬ ਕਿਸੇ ਮਤਲਬ ਕਿ ਸੋਟੀ ਨਾਲ ਡਾਂਗ ਨਾਲ ਤੇਰਾ ਜਿਹੜਾ ਬदन ਹੈ ਉਸ ਦੇ ਉੱਪਰ ਨਿਸ਼ਾਨ ਪਾ ਦਿਆਂ ਹਾਂ ਨੈਣ ਤੇਰੇ ਇਸ ਤਰ੍ਹਾਂ ਨੰਦਰਦਿਆਂ ਤੇਰੇ ਨੈਣ ਆ ਜਿਹੜੇ ਇਸ ਤਰ੍ਹਾਂ ਖਰੋਚਦਿਆਂ ਮੇਰੀਆਂ ਅੱਖਾਂ ਦੇ ਵਿੱਚ ਤੂੰ ਢੂੰਡ ਨਾ ਸਕੇ ਹੁਸਨ ਆਪਣਾ ਹੁਸਨ ਹੈ ਜਿਹੜਾ ਉਹ ਤੈਨੂੰ ਮੇਰੀਆਂ ਅੱਖਾਂ ਦੇ ਵਿੱਚ ਨਜ਼ਰ ਨਾ ਆਵੇ ਖੋ ਲਵਾ ਵਿਸ਼ਵਾਸ ਤੇਰਾ ਜੀ ਮੈਂ ਤੇਰਾ ਵਿਸ਼ਵਾਸ ਖੋ ਲਵਾ ਐ ਵਿਸ਼ਵਾਸ ਪਾਤਰ ਬਣ ਜਾਵਾ ਲੁੱਟ ਲਵਾ ਮਨ ਦਾ ਅਮਨ ਤੇਰੇ ਮਨ ਦੀ ਸ਼ਾਂਤੀ ਨੂੰ ਲੁੱਟ ਲਵਾ ਤੂੰ ਕੀ ਜਾਣੇ ਖਤਰਿਆ ਭਰਿਆ ਹੈ ਤੇਰਾ ਭੋਲਾਪਨ ਆਪਣੀ ਪਤਨੀ ਨੂੰ ਕਹਿ ਰਿਹਾ ਹੈ ਕਿ ਤੂੰ ਤੂੰ ਨਹੀਂ ਜਾਣਦੀ ਕਿ ਤੇਰੇ ਅੰਦਰਲਾ ਭੋਲਾਪਨ ਹੈ ਜਿਹੜਾ ਉਹ ਤੇਰੇ ਵਾਸਤੇ ਹੀ ਖਤਰਾ ਪੈਦਾ ਕਰ ਸਕਦਾ ਹੈ ਤੂੰ ਬੜੀ ਮਾਸੂਮ ਹੈ ਇਨੋਸੈਂਟ ਕਹਿੰਦੇ ਆ ਹਨਾ ਮਾਸੂਮ ਨੂੰ ਅੰਗਰੇਜ਼ੀ ਦੇ ਵਿੱਚ ਇਨੋਸੈਂਟ ਰੋਜ਼ ਜਦ ਮੁੜਦਾ ਹਾਂ ਘਰ ਸੁਣੋ ਇਸ ਗੱਲ ਨੂੰ ਬੜੀ ਸ਼ਾਨਦਾਰ ਹੈ ਵਾਹ ਕੇ ਰੋਜੀ ਦਾ ਵਦਾਨ ਰੋਜੀ ਰੋਟੀ ਸੜ ਚੁੱਕੇ ਹੁੰਦੇ ਨੇ ਪੱਛਮ ਵਿੱਚ ਮਸਾਨ ਲੱਗ ਚੁੱਕੇ ਹੁੰਦੇ ਨੇ ਇੱਕ ਅਸਮਾਨ ਦੀ ਤਾਰਿਆਂ ਦੇ ਅਗਨਬਾਨ ਮਤਲਬ ਕੀ ਹੈ ਵੀ ਅਸਮਾਨ ਦੀ ਇੱਕ ਦੇ ਵਿੱਚ ਤਾਰਿਆਂ ਦੇ ਅਗਨਬਾਨ ਤਾਰਿਆਂ ਦੇ ਬਾਣ ਤਾਰਿਆਂ ਦੇ ਤੀਰ ਲੱਗ ਚੁੱਕੇ ਹੁੰਦੇ ਨੇ ਭਾਵ ਅਸਮਾਨ ਦੇ ਵਿੱਚ ਤਾਰੇ ਜਿਹੜੇ ਉਹ ਮਤਲਬ ਚਮਕ ਰਹੇ ਹੁੰਦੇ ਨੇ ਜਦੋਂ ਮੈਂ ਘਰੇ ਮੁੜਦਾ ਵਰਤ ਚੁੱਕੀ ਏ ਚੁਫੇਰ ਮੌਤ ਵਰਗੀ ਚੁੱਪਚਾਣ ਚਾਰੇ ਪਾਸੇ ਇੱਕ ਤਰ੍ਹਾਂ ਦੀ ਮੌਤ ਵਰਗੀ ਜਿਵੇਂ ਕੋਈ ਮਰ ਗਿਆ ਹੁੰਦਾ ਇਸ ਤਰ੍ਹਾਂ ਦੀ ਚੁੱਪਚਾਪਣ ਹੁੰਦੀ ਹੈ ਗਸ਼ ਜਹੀ ਵਿੱਚ ਕੂਕ ਸੌ ਚੁੱਕਾ ਹੁੰਦਾ ਕੁੱਲ ਜਹਾਨ ਜਿਵੇਂ ਕਿਸੇ ਨੂੰ ਗਸ਼ बेहोਸ਼ੀ ਨਹੀਂ ਆ ਜਾਂਦੀ ਐਵੇਂ ਸਾਰਾ ਜਹਾਨ ساری ਦੁਨੀਆ ਸੌ ਚੁੱਕੀ ਹੁੰਦੀ ਏ ਉਸ ਸਮੇ ਮੁੜਦਾ ਹਾਂ ਕਰ ਮੈਂ ਉਸ ਸਮੇ ਘਰੇ ਆਉਣਾ ਇਸ ਵੀਰਾਨੇ ਵਿੱਚ ਮੈਂ ਆਪਣੇ ਦਿਲ ਵੀਰਾਨ ਵਰਗਾ ਲਿੱਤੜ ਕੇ ਰਾਬੀਆਬਾਨ ਸੁਨਾਰਾ ਰਾਬੀਆਬਾਨ ਸੁਨਾਰਾ ਜਿਹੜਾ ਉਹ ਲਿੱਤੜ ਕੇ ਮੈਂ ਉਸ ਵਿਰਾਨਾ ਦੇ ਵਿੱਚ ਦੀ ਇਸ ਵਿਰਾਨੇ ਦੇ ਵਿੱਚ ਮੈਂ ਆਉਣਾ ਹਾਂ ਗੂੜ ਰਾਤੀ ਗੂੜੀ ਰਾਤ ਮਤਲਬ ਜਿਹੜੀ ਆਪਾਂ ਕਹਿ ਦਿੰਦੇ ਆ ਮਤਲਬ ਕਿ ਪੂਰੀ ਜਿਹੜੀ ਰਾਤ ਹੁੰਦੀ ਹੈ ਮੇਰੀਆਂ ਅੱਖਾਂ ਦੇ ਵਿੱਚ ਕੋਈ ਪਾ ਕੇ ਨੈਣ ਵੇਖ ਨਾ ਲਈ ਅੱਖ 'ਚ ਉਹ ਪਾਣੀ ਨਹੀਂ ਨਕਸ਼ ਵਿੱਚ ਨਹੀਂ ਜ਼ਿੰਦਗੀ ਪੁੱਛ ਨਾ ਬੈਠੇ ਕੋਈ ਹਸਨ ਨੇ ਕੀ ਕਣ ਚਰੀਟਾ ਜਰ ਲਈਆਂ ਕੀਕਣ ਮਤਲਬ ਕਿਸ ਤਰ੍ਹਾਂ ਕਿਵੇਂ ਜਿੰਦਗੀ ਤੋਂ ਜਿੰਦਗੀ ਦਾ ਇਸ਼ਕ ਕਿਸ ਨੇ ਖੋਲਿਆ ਮਰ ਜਾਵਾਂਗਾ ਸ਼ਰਮ ਨਾਲ ਇਹ ਨਾ ਕਰ ਇਹ ਨਾ ਜਰ ਸਕਾਂਗਾ ਮੈਂ ਬਹੁਤ ਜਰ ਜਾਂਦਾ ਹਾਂ ਬੇਸ਼ੱਕ ਫਿਰ ਵੀ ਬੇਗੈਰਤ ਨਹੀਂ ਇਸ ਲਈ ਰੋਜ਼ ਮੁੜਦਾ ਹਾਂ ਘਰ ਸੜ ਚੁੱਕੇ ਹੁੰਦੇ ਨੇ ਪੱਛਮ ਵਿੱਚ ਮਸਾਨ ਲੱਗ ਚੁੱਕੇ ਹੁੰਦੇ ਨੇ ਇੱਕ ਅਸਮਾਨ ਦੀ ਤਾਰਿਆਂ ਦੇ ਅਗਨਬਾਨ ਸੋ ਇਸ ਕਵਿਤਾ ਦੇ ਵਿੱਚ ਇੱਥੇ ਕੀ ਹੈ ਕਵੀ ਹੈ ਜਿਹੜਾ ਉਹ ਸੰਵੇਦਨਸ਼ੀਲ ਮਜ਼ਦੂਰ ਹੈ ਇੱਕ ਤਰ੍ਹਾਂ ਦਾ ਸੰਵੇਦਨਸ਼ੀਲਤਾ ਹੈ ਨਾ ਮਜ਼ਦੂਰ ਦੇ ਵਿੱਚ ਬੇਮਜ਼ਦੂਰ ਦਾ ਢੇਲਾ ਜਿਹੜਾ ਉਹ ਇੱਕ ਸੰਵੇਦਨਸ਼ੀਲ ਦਰਸਾਇਆ ਗਿਆ ਕਵੀ ਦੇ ਵੱਲੋਂ ਉਸ ਦਾ ਯਥਾਰਥ ਹੈ ਜਿਹੜਾ ਉਸ ਦੀ ਸਚਾਈ ਹੈ ਜਿਹੜੀ ਸੰਵੇਦਨਸ਼ੀਲ ਮਜ਼ਦੂਰ ਦੇ ਜੀਵਨ ਦਾ ਯਥਾਰਥ ਉਸ ਦੇ ਜੀਵਨ ਦੀ ਜੋ ਸਚਾਈ ਹੈ ਉਹ ਬੜੀ ਕਰੂਰ ਹੈ ਤੇ ਸਾ ਕੁਟਵੀ ਹੈ ਕਰੂਰ ਹੈ ਨਾ ਕਿ ਉਸ ਤਰ੍ਹਾਂ ਦੀ ਮਤਲਬ ਕੀ ਹੈ ਵੀ ਇਸ ਤਰ੍ਹਾਂ ਦੇ ਦ੍ਰਿਸ਼ ਕਵੀ ਨੇ ਸਿਰਜਿਆ ਹੈ ਪ੍ਰਕਿਰਤੀ ਦਾ ਕਿ ਉਸ ਜਦੋਂ ਰਾਤ ਦੀ ਜਿਹੜੀ ਅਧੀ ਰਾਤ ਨੂੰ ਮਜ਼ਦੂਰ ਜਦੋਂ ਘਰੇ ਮੁੜਦਾ ਹੈ ਉਦੋਂ ਸਾਰੇ ਲੋਕ ਹੈ ਜਿਹੜੇ ਸੌ ਚੁੱਕੇ ਹੁੰਦੇ ਹਨ ਸਮਸ਼ਾਨ ਭੂਨੀ ਵਰਗੀ ਉੱਥੇ ਚੁੱਪ છਾਈ ਹੁੰਦੀ ਹੈ ਉਸ ਸਥਿਤੀ ਦੇ ਵਿੱਚ ਜਦੋਂ ਕਵੀ ਘਰੇ ਆਉਂਦਾ ਹੈ ਤਾਂ ਉਹ ਹੈ ਜਿਹੜੀ ਉਹ ਜਿਹੜੀ ਸਥਿਤੀ ਹੈ ਉਸ ਨੂੰ ਕਵੀ ਨੇ ਯਥਾਰਤ ਸਥਿਤੀ ਦੇ ਰੂਪ ਵਿੱਚ ਪ੍ਰਗਟ ਕੀਤਾ ਜੋ ਕਰੂਰ ਹੈ ਸਾਹ ਕੁੱਟਨੀ ਹੈ ਮਤਲਬ ਸਾਹ ਕੁੱਟਦੀ ਹੈ ਉੱਥੇ ਆਜ਼ਾਦੀ ਵਾਲੀ ਜ਼ਿੰਦਗੀ ਨਹੀਂ ਹੈ ਕਿ ਉਸ ਨੂੰ ਆਪਣੀ ਅਣਖ ਮਾਰ ਕੇ ਵੀ ਜਿਉਣਾ ਪੈਂਦਾ ਹੈ ਇੱਥੇ ਉਸ ਮਜ਼ਦੂਰ ਨੂੰ ਆਪਣੀ ਅਣਖ ਮਾਰ ਕੇ ਵੀ ਜਿਉਣਾ ਪੈਂਦਾ ਹੈ ਮਤਲਬ ਇੱਥੇ ਕਹਿ ਰਿਹਾ ਉਹ ਆਪਣੀ ਪਤਨੀ ਨੂੰ ਕਿ ਤੂੰ ਵੀ ਤੂੰ ਮੈਨੂੰ ਡਿਜ਼ਰਵ ਨਹੀਂ ਕਰਦੀ ਵੀ ਮੈਂ ਮਤਲਬ ਮੇਰੀ ਜ਼ਿੰਦਗੀ ਕਿਵੇਂ ਦੀ ਹੈ ਤੂੰ ਮੇਰਾ ਇੰਤਜ਼ਾਰ ਕਰਦੀ ਹੈ ਕਰੇ ਸ਼ਾਮ ਨੂੰ ਦੀਵਾ ਜਗਾ ਕੇ ਮੇਰੇ ਵਾਸਤੇ ਕੋਈ ਖਾਣਾ-ਦਾਣਾ ਬਣਾਉਣੀ ਹੈ ਹੈ ਨਾ ਵੀ ਜਦੋਂ ਮੈਂ ਆਉਣਾ ਤੇ ਤੂੰ ਉਦੋਂ ਸੋਹਣੇ ਬੜੇ ਸਜ ਕੇ ਮੇਰੇ ਵਾਸਤੇ ਤਿਆਰ ਹੋਣੀ ਹੈ ਤਾਂ ਇਹ ਹੈ ਜਿਹੜਾ ਇਹ ਮਤਲਬ ਕੀ ਹੈ ਵੀ ਇਹ ਤੇਰੀ ਮਾਸੂਮੀਅਤ ਹੈ ਤੇ ਇਹ ਤੂੰ ਬੜੀ ਮਾਸੂਮ ਹੈ ਕਹਿੰਦਾ ਤੇ ਇਹ ਮਾਸੂਮੀਅਤ ਹੈ ਜਿਹੜੀ ਇਹ ਜਿਹੜਾ ਮਾਸੂਮਪਣਾ ਤੇਰੇ ਅੰਦਰਲਾ ਇਹ ਤੇਨੂੰ ਤੇਰੇ ਵਾਸਤੇ ਸੰਕਟ ਖੜਾ ਕਰ ਸਕਦਾ ਹੈ ਸ਼ਾਨਦਾਰ ਤਰੀਕੇ ਨਾਲ ਸਮਝੋ ਇਸ ਥੀਜ ਨੂੰ ਹੂੰ ਅੱਗੇ ਦੇਖੋ ਹਾਂਜੀ ਆਪਾਂ ਇੱਥੋਂ ਤੱਕ ਪੜ ਲਿਆ ਗਾਸ ਜਹੀ ਵਿੱਚ ਕੂਕ ਸੌ ਚੁਕਾ ਏ ਭਾਵੇਂ ਕੁੱਲ ਜਹਾਨ ਫਿਰ ਵੀ ਤੂੰ ਸੌਂਦੀ ਨਹੀਂ ਕਿੰਨੀ ਵਧੀਆ ਨਾ ਸ਼ਾਨਦਾਰ ਗੱਲ ਨੈਣ ਵਿੱਚ ਪਰ ਇੰਤਜ਼ਾਰ ਮੇਰੀ ਬਦਬਖਤੀ ਹੈ ਇਹ ਇੰਤਜ਼ਾਰ ਕਿਉਂ ਪਰੀ ਜਾਂਦੀ ਹੈ ਦਿਨ ਦਿਨ ਤੇਰੇ ਨੈਣਾ ਵਿੱਚ ਸ਼ਿੰਗਾਰ ਕਿਉਂ ਕਰੀ ਜਾਂਦੀ ਹੈ ਦਿਨ ਦਿਨ ਤੇਰੇ ਨਕਸ਼ਾ ਨੂੰ ਹਸੀਨ ਤੂੰ ਬੜੀ 마ਸੂਮ ਹੈ ਕਿਉਂ ਪਰੀ ਜਾਂਦੀ ਹੈ ਦਿਨ ਦਿਨ ਤੇਰੇ ਨੈਣਾ ਵਿੱਚ ਸ਼ਿੰਗਾਰ ਕਿਉਂ ਕਰੀ ਜਾਂਦੀ ਹੈ ਦਿਨ ਦਿਨ ਤੇਰੇ ਨਕਸ਼ਾ ਨੂੰ ਹਸੀਨ ਤੂੰ ਬੜੀ 마ਸੂਮ ਹੈ ਤੂੰ ਕੀ ਜਾਣੇ ਇੰਤਜ਼ਾਰ ਮੁੜ ਮੰਗਾ ਦਿੰਦੀ ਹੈ ਮੇਰੇ ਬੁਝ ਰਹੇ ਦਿਲਾਂ ਦੇ ਅੰਗਾਰ ਅੱਗੇ ਦੇਖੋ ਫਿਰ ਇਹੋ ਆਉਂਦਾ ਹੈ ਦਿਲ ਵਿੱਚ ਮੈਂ ਤੇਰਾ ਆਸ਼ਿਕ ਬਣਾ ਤੇਰੀਆਂ ਮੈਂ ਸੋਹਣੀਆਂ ਅੱਖਾਂ ਦੇ ਮੁੜਕਾਬਲ ਬਣਾ ਤੇ ਪਰ ਕੀ ਹੈ ਕਿਉਂਕਿ ਇਹ ਪ੍ਰਮਾਣਿਕ ਹੈ ਨਾ ਉਹ ਜਿਹੜਾ ਹੈਗਾ ਮਜ਼ਦੂਰ ਅਪਰਮਾਨਿਕ ਹੈ ਉਹਦੀ ਦਿਹਾੜੀ ਮਜ਼ਦੂਰੀ ਹੈ ਜਿਹੜੀ ਉਹ ਉਸ ਨੂੰ ਉਹ ਉੱਥੇ ਤੱਕ ਪਹੁੰਚਣ ਨਹੀਂ ਦਿੰਦੀ ਉਹਦਾ ਜੀ ਨਹੀਂ ਕਰਦਾ ਵੀ ਚਿੱਟਾ ਕੁੜਤਾ ਪਜਾਮਾ ਪਾ ਕੇ ਸੋਣਾ ਤੇ ਮੈਂ ਵੀ ਮਤਲਬ ਸੋਣਾ ਸ਼ਿੰਗਾਰ ਕਰਕੇ ਮਤਲਬ ਤੇ ਸੋਣਾ ਕੋਈ ਸ਼ੇਰ ਪੂਸ਼ਮ ਪੂਨਾ ਨਾ ਆ ਕੇ ਵਧੀਆ ਤੇ ਸੋਣਾ ਵੜਾ ਮਤਲਬ ਕੀ ਹੈ ਵੀ ਵਾਲ ਵੜ ਚੰਗੇ ਵਾ ਕੇ ਮੁੱਛਾ ਮੱਛਾਂ ਖੜੀਆਂ ਕਰਕੇ ਤੇ ਵੀ ਮੈਂ ਵੀ ਹਨਾ ਪਿਆਰ ਤਾਂ ਜਿਤਾਵਾ ਹੁੰਦਾ ਹੈ ਹੁੰਦਾ ਇਕ ਅਪਰਮਾਨਿਕ ਮਨੁੱਖ ਦੀ ਕਹਾਣੀ ਦੱਸ ਰਿਹਾ ਡਾਕਟਰ ਹਰਪ੍ਰਜਨ ਸਿੰਘ ਹਾਂ ਤੇਰੀਆਂ ਮੈਂ ਸੋਹਣੀਆਂ ਅੱਖਾਂ ਦੇ ਮੁਕਾਬਲ ਬਣਾ ਫਿਰ ਪਰਮ ਜਾਂਦਾ ਹਾਂ ਮੈਂ ਫਿਰ ਸਮਝਦਾ ਹਾਂ ਮੇਰਾ ਕੰਮ ਹੈ ਪਿਆਰ ਇਸ਼ਕ ਨੂੰ ਮੁੜ ਕੇ ਸਮਝ ਬੈਂਦਾ ਹਾਂ ਸੱਚ ਇਸ਼ਕ ਅਸਲੀਅਤ ਨਹੀਂ ਅਸਲ ਹੈ ਪਿੰਡੇ ਦੀ ਖੋ ਉਹ ਕਹਿੰਦਾ ਪਰ ਮੈਂ ਅਸਲ ਆ ਜਿਹੜਾ ਉਹ ਅਸਲੀਅਤ ਨਹੀਂ ਕਿ ਕਹਿੰਦਾ ਫਿਰ ਮੈਨੂੰ ਇੱਕਦਮ ਯਾਦ ਆਉਂਦਾ ਹੈ ਵੀ ਅਸਲੀਅਤ ਹੈ ਨਾ ਜਿਹੜੀ ਉਹ ਇਸ਼ਕ ਨਹੀਂਗਾ ਮੇਰੀ ਜ਼ਿੰਦਗੀ ਦੀ ਅਸਲੀਅਤ ਆ ਪਿੰਡੇ ਦੀ ਖੋ ਪਿੰਡੇ ਦੀ ਭੁੱਖ ਵੀ ਪਿੰਡੇ ਦੀ ਭੁੱਖ ਹੈ ਜਿਹੜੀ ਉਹ ਇਸ਼ਕ ਕਰਨ ਨਹੀਂ ਦਿੰਦੀ ਉਹ ਹੈ ਜਿਹੜੀ ਇਸ਼ਕ ਦੇ ਉਸ ਮਾਇਨੇ ਤੱਕ ਪਹੁੰਚਣ ਨਹੀਂ ਦੇ ਰਹੀ ਉਸ ਐ ਪ੍ਰਮਾਣਿਕ ਮਨੁੱਖ ਨੂੰ ਐ ਪ੍ਰਮਾਣਿਕ ਮਨੁੱਖ ਹੈ ਜਿਹੜਾ ਡਾਕਟਰ ਹਰਭਜਨ ਸਿੰਘ ਦਾ ਜਿਹੜਾ ਐ ਪ੍ਰਮਾਣਿਕ ਮਜ਼ਦੂਰ ਹੈ ਉਹ ਪਿੰਡੇ ਦੀ ਖੋ ਤੱਕ ਸੀਮਿਤ ਹੈ ਉਹਦਾ ਇਸ਼ਕ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਦੇ ਮਨ ਦੇ ਵਿੱਚ ਕਵਿਤਾ ਦੇ ਅਨੁਸਾਰ ਇਸ਼ਕ ਦਾ ਖਿਆਲ ਜ਼ਰੂਰ ਆਉਂਦਾ ਹੈ ਪਰ ਕੀ ਹੈ ਵੀ ਉਹ ਉੱਥੋਂ ਤੱਕ ਪਹੁੰਚ ਨਹੀਂ ਕਰ ਸਕਦਾ ਅੱਗੇ ਦੇਖੋ ਅਸਲ ਹੈ ਢਿੱਡ ਦਾ ਤਨੂਰ ਤੰਦੂਰ ਹੁੰਦਾ ਨਾ ਹਾਂ ਉਹ ਢਿੱਡ ਦਾ ਤੰਦੂਰ ਹੈ ਜਿਹੜਾ ਬੱਸ ਉਹ ਵੱਲਦਾ ਹੀ ਰਹਿੰਦਾ ਹੈ ਵੀ ਇਹਨੂੰ ਸ਼ਾਂਤ ਕਰਨਾ ਇਹਦੇ ਅੰਦਰਲੀ ਭੁੱਖ ਸ਼ਾਂਤ ਹੋ ਜਾਏ ਜਿਸ ਲਈ ਪਿੰਡਾ ਜਰੇ ਚਾਂਦੀ ਦੀ লাশ ਜਿਸ ਲਈ ਆਪੇ ਹੀ ਸਿੱਖ ਲਵੇ ਜ਼ਬਾਨ ਜੀ ਹਜ਼ੂਰ ਹੈ ਨਾ ਅਰੇ ਐਵੇਂ ਹੀ ਹੈ ਨਾ ਇਹ ਮਤਲਬ ਕੀ ਹੈ ਵੀ ਇਹ ਭੁੱਖ ਹੈ ਜਿਹੜੀ ਢਿੱਡ ਦੀ ਉਹੀ ਤਾਂ ਜੀ ਹਜੂਰ ਕਹਿਣਾ ਸਿਖਾਉਂਦੀ ਹੈ ਵੀ ਕੋਈ ਨੌਕਰ ਹੈ ਜਿਹੜਾ ਉਹ ਮਾਲਕ ਨੂੰ ਜੀ ਹਜੂਰ ਆਖੂਗਾ ਤੇ ਕੁਝ ਲਊਗਾ ਅਸਲ ਨਹੀਂ ਸੀਨੇ 'ਚ ਸ਼ੌਕ ਉન્નਤ ਨਜ਼ਰ ਅਸਲ ਹੈ ਮਰਦਾ ਜ਼ਮੀਰ ਨੀਵੀਂ ਨਜ਼ਰ ਅਸਲ ਦੇ ਵਿੱਚ ਸੀਨੇ ਦੇ ਵਿੱਚ ਕੋਈ ਸ਼ੌਕ ਨਹੀਂ ਗੀ ਕੋਈ ਨਜ਼ਰ ਉੱਚੀ ਚੱਕੀ ਹੋਈ ਨਹੀਂ ਗੀ ਕੀ ਹੈ ਅਸਲ ਦੇ ਵਿੱਚ ਜ਼ਮੀਰ ਜਿਹੜਾ ਉਹ ਮਰਿਆ ਹੋਇਆ ਹੈ ਉਹ ਕੀ ਹੈ ਨਜ਼ਰ ਨੀਵੀਂ ਹੈ ਤੈਨੂੰ ਸੌ ਪਿੰਡੇ ਦੀ ਖੋਦੀ ਤੈਨੂੰ ਸੌ ਪਿੰਡੇ ਦੀ ਖੋਦੀ ਜਿਹੜੀ ਮੇਰੇ ਪਿੰਡੇ ਦੀ ਖੋਦੀ ਮਤਲਬ ਕੀ ਹੈ ਕਿ ਜਿਹੜੀ ਮਤਲਬ ਭੁੱਖ ਹੈ ਜਿਹੜੀ ਉਹਦੀ ਸੌ ਇਸ ਤਰ੍ਹਾਂ ਕੀਤਾ ਨਾ ਕਰ ਤੂੰ ਇੰਤਜ਼ਾਰ ਅਸਲ ਨਹੀਂ ਜਗ ਵਿੱਚ ਪਿਆਰ ਕਿਉਂ ਜਗਾ ਰੱਖਦੀ ਹੈ ਦੀਵਾ ਡਾਟ ਤੇ ਮੈਂ ਕੋਈ ਬੱਚਾ ਨਹੀਂ ਭੁੱਲ ਨਹੀਂ ਸਕਦਾ ਮੈਂ ਰਾ ਮੈਨੂੰ ਲੋ ਦੀ ਲੋੜ ਨਹੀਂ ਕਿਸ ਲਈ ਮੇਰਾ ਸਵਾਗਤ ਰੋਜ਼ ਰੋਜ਼ ਕਿਉਂ ਮੈਨੂੰ ਚੇਤਾ ਕਰਾਈ ਰੋਜ਼ ਰੋਜ਼ ਮੈਂ ਹਾਂ ਮਹਾਨ ਕਿਸ ਲਈ ਆਤਸ ਵਸਾ ਦਾ ਇਹ ਸਮਾਨ ਨੀ ਭੋਲੀਏ ਮੁੜ ਜਾਉ ਇਹ ਅਲੂਣਾ ਮੁੜ ਸੌਰੀ ਗਲਤ ਹੋ ਗਿਆ ਓਏ ਆ ਤਾਂ ਸਾਰਾ ਹੀ ਗਲਤ ਖਰਤਾ ਹਾਂ ਸੜ ਜਾਉ ਇਹ ਆਲਣਾ ਉਹ ਇੱਥੋਂ ਤੇ ਜਮ ਨਹੀਂ ਪਤਾ ਲੱਗਦਾ ਆ ਸਹੀ ਲਿਖਿਆ ਜਮ ਲੋਇ ਤੇ ਜਮ ਹੀ ਸੜ ਜਾਉ ਇਹ ਆਲਣਾ ਉਜੜ ਜਾਏਗਾ ਤੇਰਾ ਸਾਰਾ ਜਹਾਨ ਜਰ ਨਹੀਂ ਸਕਣੀ ਤੂੰ ਬਿਜਲੀ ਕਹਿਰ ਦੀ ਰੱਬ ਨੂੰ ਹੈ ਮਨਜ਼ੂਰ ਕੇ ਸੰਸਾਰ ਵਿੱਚ ਕੋਈ ਨਾ ਹੋਵੇ ਮਹਾਨ ਬੀ ਜੇ ਤੂੰ ਮੈਨੂੰ ਮਹਾਨ ਬਣਾਉਣ ਤੇ ਸਾਬਤ ਕਰਨੀ ਹੈ ਨਾ ਵੀ ਮੈਂ ਮਹਾਨ ਆ ਤੇਰੇ ਵਾਸਤੇ ਜੇ ਤੂੰ ਕਹਿ ਰਹੀ ਹੈ ਮੇਰਾ ਪਤੀ ਮੇਰਾ ਪਰਮੇਸ਼ਵਰ ਆ ਪਰ ਰੱਬ ਹੈ ਜਿਹੜਾ ਉਹ ਕਿਸੇ ਨੂੰ ਪਰਮੇਸ਼ਵਰ ਨਹੀਂ ਬਣਨ ਦਿੰਦਾ ਇਸ ਲਈ ਮੇਰੇ ਆਉਣ ਤੋਂ ਪਹਿਲਾਂ ਬਹੁਤ ਪਹਿਲੇ 부ਝਾ ਕੇ ਦੀਵਟਾ ਲਾ ਕੇ ਪੰਛੀ ਇੰਤਜ਼ਾਰ ਮੀਟ ਕੇ ਅੱਖੀਆਂ ਹਸੀਨ ਸਾਂਭ ਕੇ ਦਿਲ ਵਿੱਚ ਯਕੀਨ ਸੋ ਜਾਇਆ ਕਰ ਜਿਸ ਤਰ੍ਹਾਂ ਸੌਂਦਾ ਹੈ ਗਸ਼ ਖਾ ਕੇ ਜਹਾਨ ਮੈਂ ਨਹੀਂ ਚਾਹੁੰਦਾ ਤੂੰ ਕੱਢੇ ਮੇਰੀ ਹਿੱਕ ਚੋਂ ਅਗਨ ਬਾਣ ਮੈਂ ਨਹੀਂ ਚਾਹੁੰਦਾ ਤੂੰ ਵੇਖੇ ਮੇਰੇ ਨੈਣਾ ਵਿੱਚ ਮਸਾਨ ਨੀਵੀਂ ਨਜ਼ਰ ਮਰਦਾ ਜ਼ਮੀਰ ਪਿੰਡੇ ਤੇ ਲਾਸ ਤੇ ਖਾਵ ਸੰਗਰਹਿ ਦਾ ਨਾਮ ਆ ਲਾਸ਼ਾਂ ਤਾਂ ਇਹ ਹੈ ਜਿਹੜੀ ਤੂੰ ਬੜੀ ਮਾਸੂਮ ਹੈ ਜਿਹੜੀ ਕਵਤਾ ਕਿਵੇਂ ਲੱਗੀ ਕਿ ਨਹੀਂ ਸ਼ਾਨਦਾਰ ਮਨ ਨੂੰ ਇੱਕ ਵਾਰੀ ਲੱਗੀ ਕਿ ਨਹੀਂ ਇੱਥੇ ਆਹ ਸੌਰੀ ਇੱਥੇ ਇੱਥੇ ਲੱਗੀ ਕਿ ਨਹੀਂ ਇੱਕ ਵਾਰੀ ਹਾਂ ਇਹ ਹੈ ਜਿਹੜੀ ਕਵਤਾ ਇਹ ਲਾਸ਼ਾਂ ਕਾਵ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ। ਅਗਲੀ ਕਵਤਾ ਹੈ ਜਿਹੜੀ ਉਹ ਸੇਜ ਸੁਖਾਲੀ। ਸੇਜ ਸੁਖਾਲੀ ਕਵੀ ਨੇ ਬੇਚੈਨੀ ਦੀ ਅਵਸਥਾ ਨੂੰ ਤਣਾਅਪੂਰਨ ਸਥਿਤੀ ਨੂੰ ਬਿਆਨ ਕੀਤਾ ਹੈ। ਸੇਜ ਸੁਖਾਲੀ ਮਤਲਬ ਕੀ ਹੈ ਵੀ ਸੇਜ ਜਿਹਦੇ ਉੱਪਰ ਸੌਇਆ ਜਾਂਦਾ ਹੈ ਉਹ ਬੜੀ ਸ਼ਾਨਦਾਰ ਹੈ, ਬੜੀ ਸੁਖ ਦੇਣ ਵਾਲੀ ਹੈ। ਸੇਜ ਸੁਖਾਲੀ ਦਾ ਸ਼ਾਬਦੀਕ ਅਰਥ ਹੈ। ਪਰ ਕੀ ਇਹਦੇ ਵਿੱਚ ਸੱਚੀ ਸੇਜ ਸੁਖਾਲੀ ਦੀ ਗੱਲ ਕੀਤੀ ਹੈ ਜਾਂ ਸੇਜ ਸੁਖਾਲੀ ਨੂੰ ਸਿਰਫ ਇੱਕ ਪ੍ਰਤੀਕ ਵਜੋਂ ਵਰਤਿਆ ਇੱਕ ਪ੍ਰਤੀਕ ਵਜੋਂ ਵਰਤਿਆ ਇਸ ਕਵਿਤਾ ਦਾ ਵਿਸ਼ਾ ਹੈ ਬੇਚੈਨੀ ਵੈਸੇ ਵੀ ਸੋਹਣੀਆਂ ਸੱਜਾਂ ਤੇ ਸੌਕੇ ਵੀ ਬੇਚੈਨ ਰਹਿੰਦਾ ਬੰਦਾ ਸਹੀ ਗੱਲ ਹੈ ਕਿ ਨਹੀਂ ਜਿਹੜਾ ਬੰਦਾ ਥੱਲੇ ਧਰਤੀ ਤੇ ਸੁੱਤਾ ਬੇਚੈਨ ਹੋਣੀਗਾ ਉਸ ਨੂੰ ਚੈਨ ਨਾ ਸਭ ਤੋਂ ਜ਼ਿਆਦਾ ਤਣਾਅਪੂਰਨ ਸਥਿਤੀ ਨੂੰ ਬਿਆਨ ਕੀਤਾ ਡਾਕਟਰ ਹਰਪਜਨ ਸਿੰਘ ਨੇ ਕਵਿਤਾ ਦਾ ਨਾਮ ਹੈ ਸੇਜ ਸੁਖਾਲੀ ਜਿਹੜੀ ਆਪਾਂ ਪਿਛਲੀ ਕਵਿਤਾ ਪੜ੍ਹੀ ਐ ਤੂੰ ਬੜੀ ਮਾਸੂਮ ਏ ਉਹ ਕਵਿਤਾ ਲਾਸ਼ਾ ਕਾਵ ਸੰਗ੍ਰਹਿ ਦੇ ਵਿੱਚੋਂ ਲਈ ਗਈ ਆ ਅਗਲੀ ਜਿਹੜੀ ਆਪਣੀ ਕਵਿਤਾ ਬੇਟਾ ਜੀ ਉਹ ਹੈਗੀ ਸੇਜ ਸੁਖਾਲੀ ਸੇਜ ਸੁਖਾਲੀ ਜਿੰਦ ਹੰਗਾਲੀ ਅੱਖੀਆਂ ਉਮਰ ਉਨਿੰਦੜੀਆਂ ਸ਼ਹਿਦ ਪਿਆਲੀ ਸੁਪਨੇ ਵਾਲੀ ਅਜੇ ਨਾ ਅੱਖੀਆਂ ਪੀਂਦੜੀਆਂ ਸਰ ਕੰਡਿਆਂ ਦੀਆਂ ਲੋਕਾਂ ਉੱਤੇ ਆਈਆਂ ਨੀਂਦ ਤਰੇਣਾ ਨੂੰ ਸਾਡੀਆਂ ਅੱਖਾਂ ਚਣਕਾ ਭਰੀਆਂ ਸੜ ਬਲ ਗਈਆਂ ਨੀਂਦੜੀ ਪਿਪਲੀਆਂ ਚੋਂ ਪਣਪਣਿਆਈ ਚਾਨਣ ਡੱਬ ਖੜਬੇ ਹੋ ਦਿਲ ਵਿੱਚ ਦਾਗ ਨਜ਼ਰ ਵਿੱਚ ਚਾਨਣ ਇਉਂ ਵੀ ਜਿੰਦੀਆਂ ਇਉਂ ਵੀ ਜਿੰਦੀਆਂ ਜੀਂਦੜੀਆਂ ਆਹ ਅੱਜ ਅਧ ਰੈਣੀ ਜਦ ਕੋਈ ਪੰਛੀ ਅਧ ਰੈਣੀ ਅਧ ਰੈਣੀ ਕਾਵ ਸੰਗ੍ਰਹਿ ਚੋਂ ਲੈ ਗਿਆ ਤੇ ਅਧ ਰੈਣੀ ਸ਼ਬਦ ਵੀ ਆ ਗਿਆ ਅਧ ਰੈਣੀ ਦਾ ਮਤਲਬ ਹੁੰਦਾ ਅੱਧੀ ਰਾਤ ਅੱਧੀ ਰਾਤ ਅੱਜ ਅਧ ਰੈਣੀ ਜਦ ਕੋਈ ਪੰਛੀ ਗੀਤ ਸੁਲਗਦਾ ਗਾਏਗਾ ਕੌਣ ਸੁਨੇਗਾ ਕੇ ਸੌ ਗਈਆਂ ਅੱਖੀਆਂ ਕੁੱਲ ਜਮੀਂਦੜੀਆਂ ਜੋ ਕਿਸਮਤ ਦੀ ਰੇਖ ਰੁਪਹਿਰੀ ਔਰ ਰੁਪਹਿਰੀ ਸ਼ਬਦ ਲਿਖਿਆ ਹੋਇਆ ਰੁਪਾ ਆਇਆ ਸੀ ਨਾ ਰੁਪਾ ਸ਼ਬਦ ਰੁਪਾ ਦਾ ਸ਼ਾਬਦਿਕ ਅਰਥ ਹੁੰਦਾ ਚਾਂਦੀ ਤੇ ਰੁਪਹਿਰੀ ਦਾ ਮਤਲਬ ਹੁੰਦਾ ਚਾਂਦੀ ਵਰਗਾ ਰੁਪਾ ਚਾਂਦੀ ਨੂੰ ਕਿਹਾ ਜਾਂਦਾ ਹੈ ਤੇ ਰੁਪਹਿਰੀ ਮਤਲਬ ਚਾਂਦੀ ਵਰਗੀ ਕਿਉਂ ਕਿਸਮਤ ਦੀ ਰੇਖ ਰੁਪਹਿਰੀ ਅਜੇ ਵੀ ਰਸਤਾ ਜਾਗ ਰਿਹਾ ਮੈਂ ਸੌਂ ਜਾਵਾ ਮੈਂ ਝੋ ਜਾਵਾ ਇਉਂ ਨਾ ਯਾਰੀਆਂ ਥਿੰਦੜੀਆਂ ਸੋ ਇਸ ਕਵਤਾ ਦੇ ਵਿੱਚ ਕਵੀ ਨੇ ਬੇਚੈਨੀ ਦੇ ਵਿਸ਼ੇ ਨੂੰ ਪ੍ਰਗਟਾਇਆ ਹੈ ਮਤਲਬ ਕਿ ਅਭੀ ਨੀਂਦ ਨਹੀਂ ਆ ਰਹੀ ਝੋ ਜਾਵਾ ਦਾ ਮਤਲਬ ਹੁੰਦਾ ਕੁਮਲਾ ਜਾਣਾ ਝੋ ਜਾਣਾ ਚੌਂ ਜਾਣਾ ਇੱਕ ਮੁਹਾਵਰੇਦਾਰ ਪਾਸ਼ਾ ਹੈ ਜਿਹਦਾ ਸ਼ਾਬਦੀ ਅਰਥ ਹੈ ਕੁੰਮਲਾ ਆ ਜਾਣਾ ਇਹਨੂੰ ਚੇਤੇ ਰੱਖਣਾ ਤੁਸੀਂ ਝਜੇ ਨਾਲ ਲਿਖਿਆ ਹੋਇਆ ਚੌਂ ਜਾਣਾ ਝਜੇ ਨਾਲ ਲਿਖਿਆ ਹੋਇਆ ਬੇਟਾ ਜੀ ਇਹ ਲਿਖਿਆ ਹੋਇਆ ਸਾਡਾ ਲਿਖਿਆ ਜਾਊ ਕਿ ਨਹੀਂ ਹਾਂ ਆ ਲਿਖਿਆ ਹੋਇਆ ਚੌਂ ਜਾਣਾ ਚੌਂ ਜਾਣਾ ਠੀਕ ਹੈ ਬੇਟਾ ਜੀ ਇਹਦਾ ਮਤਲਬ ਹੈ ਕੁੰਮਲਾ ਆ ਜਾਣਾ ਜਿਵੇਂ ਫੁੱਲ ਕੁੰਮਲਾ ਜਾਂਦੇ ਹਨ ਨਾ ਉਸ ਤਰ੍ਹਾਂ ਅਧ ਰੈਣੀ ਕਾਵ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ ਇਹ ਕਵਿਤਾ ਸੇਜ ਸੁਖਾਲੀ ਕਵਿਤਾ ਦਾ ਨਾਮ ਹੈ ਅਧ ਰੈਣੀ ਕਾਵ ਸੰਗ੍ਰਹਿ ਤੋਂ ਅਗਲੀ ਕਵਿਤਾ ਹੈ ਸਾਡੀ ਐ ਪਰਮਾਨਿਕ ਦੇਖੋ ਜਦੋਂ ਮੈਂ ਗੱਲ ਆਪਾਂ ਕਵਿਤਾ ਪਿਛਲੀ ਪੜ੍ਹੀ ਸੀਗੀ ਪਹਿਲੀ ਕਵਿਤਾ ਸੀ ਆਪਣੀ ਜਿਹੜੀ ਤੂੰ ਬੜੀ ਮਾਸੂਮ ਹੈ ਉਹਦੇ ਵਿੱਚ ਮੈਂ ਇਹ ਸ਼ਬਦ ਤੁਹਾਨੂੰ ਯੂਜ਼ ਕੀਤਾ ਸੀਗਾ ਵੀ ਐ ਪਰਮਾਨਿਕ ਮਜ਼ਦੂਰ ਦੀ ਵਿਅਥਾ ਨੂੰ ਸੁਣਾਇਆ ਕਵੀ ਨੇ ਉਸ ਦੇ ਮਨ ਦੀ ਜਿਹੜੀ ਉਹ ਉਹ ਜਿਹੜੀ ਵਿਅਥਾ ਹੈ ਉਸ ਨੂੰ ਦੱਸਿਆ ਸੀਗਾ ਇੱਥੇ ਐ ਪਰਮਾਨਿਕ ਕਵਿਤਾ ਵੀ ਲਿਖੀ ਹੈ ਕਵੀ ਹਰਭਜਨ ਸਿੰਘ ਨੇ ਇੱਕ ਹਰ ਰਾਤ ਗਲੀ ਵਿੱਚ ਮੈਂ ਤੇ ਤਾਰੇ ਇਕੱਠੇ ਸੌਂਦੇ ਹਾਂ ਇਸ ਕਵਿਤਾ ਦਾ ਨਾਇਕ ਹੈ ਜਿਹੜਾ ਇਸ ਕਵਿਤਾ ਦਾ ਜਿਹੜਾ ਐਕਟਰ ਹੈ ਉਹ ਬੇਟਾ ਜੀ ਇੱਕ ਐ ਪ੍ਰਮਾਣਿਕ ਵਿਅਕਤੀ ਹੈ ਐ ਪ੍ਰਮਾਣਿਕ ਵਿਅਕਤੀ ਹੈ ਜਿਸ ਨੇ ਸਾਰੀ ਜ਼ਿੰਦਗੀ ਐ ਕਿਰਿਆਸ਼ੀਲ ਰਹਿ ਕੇ guzari ਹੈ ਜੋ ਕਿਰਿਆਸ਼ੀਲ ਨਹੀਂ ਸੀ ਐ ਕਿਰਿਆਸ਼ੀਲ ਰਹਿ ਕੇ guzari ਹੈ ਐ ਪ੍ਰਮਾਣਿਕ ਵਿਅਕਤੀ ਦੀ ਐ ਪ੍ਰਮਾਣਿਕ ਹੋਂਦ ਅਪਰਮਾਣਿਕ ਅਸਤਤਵ ਅਪਰਮਾਣਿਕ ਐਗਜ਼ਿਸਟੈਂਸ ਨੂੰ ਕਵੀ ਹਰਭਜਨ ਸਿੰਘ ਦੱਸ ਰਿਹਾ ਹੈ ਅਪਰਮਾਣਿਕ ਹੀ ਮਨੁੱਖ ਹੈ ਇਸ ਕਵਿਤਾ ਦਾ ਜਿਹੜਾ ਨਾਇਕ ਹੈ ਉਹ ਅਪਰਮਾਣਿਕ ਹੈ ਉਸ ਦੀ ਹੋਂਦ ਜਿਹੜੀ ਉਸ ਦੀ ਮਤਲਬ ਕੀ ਹੈ ਵੀ ਜਿਹੜੀ ਅਸਤਤਵ ਹੈ ਜਿਹੜਾ ਉਹ ਵੀ ਅਪਰਮਾਣਿਕ ਹੈ ਹਰ ਰਾਤ ਗਲੀ ਵਿੱਚ ਮੈਂ ਤੇ ਤਾਰੇ ਇਕੱਠੇ ਸੌਂਦੇ ਆ ਇੱਕ ਦੂਜੇ ਦੇ ਨਿਸਤੇਜ ਸੁਲਕ ਦੇ ਨਿਸਤੇਜ ਹੁੰਦਾ ਬਿਨਾਂ ਤੇਜ ਤੋਂ ਸੁਲਕਦੇ ਅੰਗਾਂ ਦੇ ਸਾਥੀ ਇੱਕ ਦੂਜੇ ਦੀ ਨੀਂਦਰ ਵਿੱਚ ਵੀ ਆਉਣ ਤੋਂ ਸੰਗਦੇ ਹਾਂ ਹਰ ਸਵੇਰ ਜਦੋਂ ਮੈਨੂੰ ਅਖਬਾਰੀ ਆਣ ਜਗਾਉਂਦਾ ਹੈ ਅਖਬਾਰੀ ਅਖਬਾਰੀ ਹੁੰਦਾ ਅਖਬਾਰ ਵੰਡਣ ਵਾਲਾ ਜਿਹੜਾ ਹੁੰਦਾ ਅਖਬਾਰ ਅਖਬਾਰੀ ਇਹਨੂੰ ਅਖਬਾਰੀ ਲਿਖਿਆ ਮੈਂ ਖੂਬ ਸਮਝਦਾ ਹਾਂ ਮੇਰੇ ਘਰ ਸੂਰਜ ਆਇਆ ਹੈ ਸੋ ਅਖਬਾਰ ਵੰਡਣ ਵਾਲੇ ਨੂੰ ਕਵੀ ਹਰਪ੍ਰੀਤ ਸਿੰਘ ਕਹਿ ਰਿਹਾ ਇੱਕ ਇਹ ਪ੍ਰਮਾਣਿਕ ਵਿਅਕਤੀ ਦੇ ਰੂਪ ਵਿੱਚ ਕਹਿ ਰਿਹਾ ਹੈ ਕਿ ਮੇਰੇ ਘਰ ਸੂਰਜ ਆਇਆ ਹੈ ਸਭ ਤਾਰੇ ਗਏ ਬੁਹਾਰੇ ਹੁਣ ਮੇਰੀ ਵਾਰੀ ਹੈ ਸਾਰੇ ਤਾਰੇ ਜਿਹੜੇ ਉਹ ਬੁਹਾਰੇ ਗਏ ਐ ਮਤਲਬ ਬੁਹਾਰੇ ਮਤਲਬ ਬੁਹਾਰੀ ਕੱਢਣੀ ਝਾੜੂ ਲਗਾਉਣਾ ਸਫਾਈ ਕਰਨੀ ਸਾਰੇ ਤਾਰਿਆਂ ਦੀ ਸਫਾਈ ਹੋ ਚੁੱਕੀ ਹੈ ਹੁਣ ਮੇਰੀ ਵਾਰੀ ਆ ਹੁਣ ਮੇਰੇ ਤੇ ਬੁਹਾਰੀ ਵੱਜੂਗੀ ਕਹਿਣ ਦਾ ਮਤਲਬ ਦੇਖੋ ਕਿਵੇਂ ਇਹ ਪ੍ਰਮਾਣਿਕ ਮਨੁੱਖ ਹੈ ਜਿਹੜਾ ਉਹ ਇੱਕ ਤਰ੍ਹਾਂ ਦਾ ਕੂੜੇ ਵਰਗਾ ਸਮਝੋ ਜਿਸ ਨੂੰ ਬੁਹਾਰੀ ਦੀ ਸਹਾਇਤਾ ਦੇ ਨਾਲ ਚੱਕ ਕੇ ਬਾਹਰ ਸੈੱਟ ਦਿੱਤਾ ਜਾਂਦਾ ਹੈ ਅਗਲੀ ਗੱਲ ਤੇ ਜਦੋਂ ਬੁਹਾਰੀ ਆਣ ਖਰਖਰਾ ਇਸ ਗਲੀ ਦੀ ਪਿੱਠ ਤੇ ਕਰਦੀ ਹੈ ਤੇ ਜਦੋਂ ਬੁਹਾਰੀ ਆ ਜਿਹੜੀ ਉਹ ਗਲੀ ਦੇ ਵਿੱਚ ਫੇਰ ਹੀ ਜਾਂਦੀ ਹੈ ਕਹਿੰਦਾ ਤਾਂ ਇੱਕ ਉਹ ਪ੍ਰਮਾਣਿਕ ਮਨੁੱਖ ਹੈ ਜਿਹੜਾ ਉਹ ਵਿਹੜੇ ਦੇ ਵਿੱਚ ਸੁਤਾ ਹੋਇਆ ਹੈ ਆਂਗਣ ਦੇ ਵਿੱਚ ਤਾਂ ਉਹਨੂੰ ਪਤਾ ਲੱਗਦਾ ਵੀ ਇਹ ਬੁਹਾਰੀ ਹੈ ਜਿਹੜੀ ਇਹ ਬਾਹਰ ਗਲੀ ਦੇ ਵਿੱਚ ਗੰਦਗੀ ਹੈ ਜਿਹੜੀ ਕੂੜਾ ਕਰਕਟ ਹੈ ਉਸ ਨੂੰ ਸਾਫ਼ ਕੀਤਾ ਜਾ ਰਿਹਾ ਖਰਖਰਾ ਖਰਖਰਾ ਹੁੰਦਾ ਵੀ ਘੋੜੇ ਵਗੈਰਾ ਜਿਹੜੇ ਜਾਨਵਰ ਹੁੰਦੇ ਆ ਨਾ ਇਹਨਾਂ ਦੇ ਉੱਪਰ ਖਾਰਿਸ ਵਗੈਰਾ ਕਰਨ ਵਾਸਤੇ ਉਹ ਉਹ ਇੱਕ ਮਤਲਬ ਕੀ ਹੈ ਵੀ ਇੱਕ ਬਰਸ਼ ਹੁੰਦਾ ਉਸ ਨੂੰ ਖਰਖਰਾ ਕਿਹਾ ਜਾਂਦਾ ਖਰਖਰਾ ਕਰਨਾ ਆ ਵੀ ਉਹ ਨਦੀ ਸਾਫ ਸਪਾਈ ਕਰਨ ਵਾਸਤੇ ਉਹਨਾਂ ਦੇ ਪਿੰਡੇ ਤੇ ਫੇਰਨ ਵਾਸਤੇ ਖਰਖਰਾ ਤੇ ਬੁਹਾਰੀ ਆਣ ਖਰਖਰਾ ਉਹ ਬੁਹਾਰੀ ਹੈ ਜਿਹੜੀ ਫੇਰ ਹੀ ਜਾਂਦੀ ਹੈ ਉਸ ਗਲੀ ਦੇ ਵਿੱਚ ਖਰਖਰਾ ਕੀਤਾ ਜਾਂਦਾ ਮੈਂ ਖੂਬ ਸਮਝਦਾ ਹਾਂ ਗਲੀ ਹੁਣ ਸਰਪਟ ਦੌੜੇਗੀ ਕਿਉਂਕਿ ਇਹ ਗਲੀ ਹੈ ਜਿਹੜੀ ਸਾਫ ਹੋ ਚੁੱਕੀ ਹੈ ਇਹ ਹੁਣ ਸਰਪਟ ਦੌੜੇਗੀ ਕਹਿਣ ਦਾ ਮਤਲਬ ਹੈ ਗਲੀ ਤੇ ਵਿੱਚ ਆਵਾਜ਼ਾਈ ਹੋਊਗੀ ਮੈਂ ਉੱਠ ਬੈਠਾ ਨਹੀਂ ਤਾਂ ਮੈਂ ਚੀਨਾ ਚੀਨਾ ਹੋ ਕੇ ਡਿੱਗ ਡੁੱਲ ਜਾਵਾਂਗਾ ਹੋਈ ਹੈ ਸਹੀ ਹੈ ਸ਼ੁਕਰ ਹੈ ਤਾ ਕਿਸੇ ਨજર ਦੇ ਤੇਜ ਤਮੂਹੇ ਕਾਂਟੇ ਦੇ ਵਿੱਚ ਵਿੱਜ ਜਾਵਾਂਗਾ ਬੋਟੀ ਮਾਸ ਢਿਹਾਂ ਨੰਗਾ ਅਧ ਕੱਚਾ ਜਿਸ ਨੂੰ ਨਾ ਕੋਈ ਖਾਵੇਗਾ ਨਾ ਤੇਜ ਤਮੂਹੇ ਕਾਂਟੇ ਦੀ ਸੂਲੀ ਤੂੰ ਠਾ ਲਾਹੇਗਾ ਕਈ ਵਾਰ ਕਹਿੰਦਾ ਵੀ ਮੈਂ ਇਸ ਤਰ੍ਹਾਂ ਦਾ ਐ ਪ੍ਰਮਾਣਿਕ ਮਨੋਖਾ ਜਿਹੜਾ ਚੀਨਾ ਚੀਨਾ ਹੋ ਕੇ ਉਸ ਇੱਕ ਮਤਲਬ ਅਧ ਕੱਚੇ ਮਾਸ ਦੀ ਤਰ੍ਹਾਂ ਪਿਆ ਹੋਊਗਾ ਜਿਸ ਦੀ ਬੋਟੀ ਨੂੰ ਤਿੰਨ ਤਿੰਨ ਮੂਹਾਂ ਦਾ ਕਾਂਟਾ ਹੁੰਦਾ ਨਾ ਉਹ ਛੁਰੀ ਜਿਹੜੀ ਖਾਣ ਖਾਣ ਵਾਸਤੇ ਹੁੰਦੀ ਹੈ ਹਨਾ ਕੁਝ ਤੇ ਉਹਦੇ ਵਿੱਚ ਮੈਨੂੰ ਜ਼ਰੂਰ ਪਾਇਆ ਜਾਊਗਾ ਪਰ ਨਾ ਖਾਧਾ ਜਾਊਗਾ ਤੇ ਨਾ ਉਹਦੇ ਚੋਂ ਬਾਹਰ ਕੱਢਿਆ ਜਾਊਗਾ ਉਸ ਦੀ ਸੁਬੜੀ ਤੋਂ ਟੰਗਿਆ ਟੰਗਿਆ ਰਹੂੰਗਾ ਮੈਂ ਮੇਰਾ ਦਰਵਾਜ਼ਾ ਇੱਕ ਉਬਾਸੀ ਵਾਂਗੂ ਖੁੱਲਦਾ ਹੈ ਸੋ ਇੱਥੇ ਉਮਾ ਅਲੰਕਾਰ ਦੀ ਵਰਤੋਂ ਕੀਤੀ ਹੈ ਦਰਵਾਜ਼ਾ ਖੁੱਲਦਾ ਤੇ ਉਬਾਸੀ ਦੇ ਵਿੱਚ ਆਪਾਂ ਮੂੰਹ ਖੋਲਦੇ ਹਾਂ ਮੈਂ ਆਪਣਾ ਆਪ ਹੁੰਝ ਗਲੀ ਚੋਂ ਅੰਦਰ ਸੁੱਟਦਾ ਹਾਂ ਮੈਨੂੰ ਹਮਸ ਦਾ ਪਰਦਾ ਹੈ ਮੈਂ ਸਦਾ ਪੁਰੇ ਵਿੱਚ ਨੰਗਾ ਹਾਂ ਆ ਮੇਰੀ ਘਰ ਵਾਲੀ ਘਰ ਦਾ ਕੂੜਾ ਹੁੰਜ ਗਲੀ ਵਿੱਚ ਬਾਹਰ ਸੁੱਟਦੀ ਹੈ ਮੈਂ ਡਰਦਾ ਹਾਂ ਮੇਰੀ ਘਰ ਵਾਲੀ ਮੈਨੂੰ ਕਿਤੇ ਵੇਖ ਨਾ ਲਈ ਤਾ ਕਹਿੰਦਾ ਵੀ ਮੈਂ ਇਸ ਮਤਲਬ ਕਿਹਾ ਵੀ ਇੱਕ ਸੰਕੇਤ ਮੈਂ ਇੱਕ ਸ਼ੈਲੀ ਦੇ ਵਿੱਚ ਕਵੀ ਨੇ ਲਿਖਿਆ ਵੀ ਉਹ ਜਿਹੜੀ ਮਤਲਬ ਕਿਹਾ ਵੀ ਮੇਰੇ ਘਰ ਵਾਲੀ ਹੈ ਜਿਹੜੀ ਉਹ ਕੀ ਕਰ ਰਹੀ ਹੈ ਕਰਦਾ ਕੂੜਾ ਜਿਹੜਾ ਉਹ ਸੁੱਟ ਕੇ ਬਾਹਰ ਗਲੀ ਦੇ ਵਿੱਚ ਸੁੱਟ ਰਹੀ ਹੈ ਤੇ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਮਤਲਬ ਹੈ ਪ੍ਰਮਾਣਿਕ ਮਨੋਖ ਹੈ ਜਿਹੜਾ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਮੈਨੂੰ ਵੀ ਇਸ ਕੂੜੇ ਕਰਕਟ ਵਰਗਾ ਹਾਂ ਕਿ ਮੈਨੂੰ ਵੀ ਇਸ ਤਰ੍ਹਾਂ ਕਿਵੇਂ ਨਾ ਕਿਵੇਂ ਬਾਹਰ ਸੁੱਟ ਦਿੱਤਾ ਜਾਵੇਗਾ ਨਾ ਧੁੱਪੇ ਨਾ ਛਾਵੇਂ ਕਾਵ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ ਇਹ ਕਵਿਤਾ ਅਪ੍ਰਮਾਣਿਕ ਨਾ ਧੁੱਪੇ ਨਾ ਛਾਵੇਂ ਸੜਕ ਦੇ ਸਫੇ ਉੱਤੇ ਸੜਕ ਦੇ ਸਫੇ ਉੱਤੇ ਸੜਕ ਜਿਹੜਾ ਸੜਕ ਹੈ ਜਿਹੜੀ ਉਸ ਨੂੰ ਸਫਾ ਇੱਕ ਪੇਜ ਇੱਕ ਪੰਨਾ ਇੱਕ ਵਰਕਾ ਬਣਾਇਆ ਗਿਆ ਹੈ ਕਵੀ ਹਰਭਜਨ ਸਿੰਘ ਵੱਲੋਂ ਸੜਕ ਦੇ ਸਫੇ ਉੱਤੇ ਇੱਕ ਖਤਮ ਹੈ ਤੇਰੇ ਨਾਮ ਲਿਖ ਕੇ ਖੰਬੇ ਤੇ ਟੰਗ ਦਿੱਤਾ ਹੈ ਹੂੰ ਤੂੰ ਤਾਂ ਕਿ ਤੂੰ ਪੜ ਲਵੇਂ ਸੜਕ ਦੇ ਸਫੇ ਤੇ ਜੋ ਖਤ ਵੀ ਲਿਖਿਆ ਜਾਂਦਾ ਹੈ ਤੈ ਕਰਕੇ ਜੇਬ ਵਿੱਚ ਨਹੀਂ ਰੱਖਿਆ ਜਾਂਦਾ ਖਤ ਕੋਈ ਈਸਾ ਨਹੀਂ ਜੋ ਸ਼ੌਕੀਆ ਸਲੀਬ ਤੇ ਲਟਕ ਜਾਵੇ ਇਹ ਖਤ ਕੋਈ ਈਸ਼ਾ ਈਸ਼ਾ ਹੋ ਯੀਸ਼ੂ ਮਸੀਹ ਨੀਂਗਾ ਵਿੱਚ ਉਸਨੂੰ ਸਲੀਬ ਸੂੜੀ ਤੇ ਟੰਗਤਾ ਸੀ ਹਰ ਸਲੀਬ ਸਥਾਪਤੀ ਹੈ ਇਹ ਜਿਹੜੀ ਸਥਾਪਤੀ ਕੀਤੀ ਹੋਈ ਹੈ ਜਿਹੜੀ ਸਥਾਪਤੀ ਸਮਾਜ ਵੱਲੋਂ ਸਥਾਪਿਤ ਕਦਰਾਂ ਕੀਮਤਾਂ ਜਿਹੜੀਆਂ ਲੇਖਕ ਦੀ ਜਿਹੜੀ ਪ੍ਰੇਮਿਕਾ ਹੈ ਉਹ ਹੈ ਜਿਹੜੀ ਉਹ ਸਮਾਜ ਦੀਆਂ ਸਥਾਪਿਤ ਕਦਰਾਂ ਕੀਮਤਾਂ ਦੇ ਹੇਠ ਉਸਦੇ ਪਿਆਰ ਦੀ ਕੁਰਬਾਨੀ ਹੋ ਚੁੱਕੀ ਹੈ ਤਾਂ ਉਹ ਕੀ ਕਹਿ ਰਿਹਾ ਕਿ ਉਹ ਸਥਾਪਤ ਜਿਹੜੀਆਂ ਕਦਰਾਂ ਕੀਮਤਾਂ ਜਿਹੜੀਆਂ ਉਹ ਉਸ ਦਾ ਵਿਰੋਧ ਕਰ ਰਿਹਾ ਸੜਕ ਦੇ ਸ ਸੜਕ ਨੂੰ ਸਫਾ ਬਣਾ ਕੇ ਤੇ ਉਸ ਖੰਭੇ ਤੇ ਇੱਕ ਪੱਤਰ ਉਹ ਲਟਕਾ ਰਿਹਾ ਤਾਂ ਉਹ ਕਹਿ ਰਿਹਾ ਕਿ ਇਹ ਜਿਹੜਾ ਖਾਤਾ ਜਿਹੜਾ ਇਹ ਕੋਈ ਮੇਰਾ ਯਿਸੂ ਮਸੀਹ ਨਹੀਂਗਾ ਵੀ ਜਿਹੜਾ ਸਲੀਬ ਤੇ ਜਿਹੜਾ ਉਹ ਮਤਲਬ ਟੰਗਿਆ ਤੇ ਸ਼ੌਂਕ ਨਾਲ ਲਟਕਿਆ ਇਸੇ ਜੋ ਚੜਦਾ ਹੈ ਬਾਣਾ ਹੋ ਜਾਂਦਾ ਹੈ ਖੰਭਾ ਚੰਗਾ ਹਰਕਾਰਾ ਇਸ ਰਾਈ ਡਾਕ ਸੱਜੇ ਪਹੁੰਚ ਜਾਂਦੀ ਹੈ ਤੇ ਫੌਰਨ ਪੜੀ ਜਾਂਦੀ ਹੈ ਮੰਨ ਲਓ ਵੀ ਗਲੀ ਦੇ ਵਿੱਚ ਕੋਈ ਖੰਭੇ ਵਗੈਰਾ ਤੇ ਕੋਈ ਆਪਾਂ ਕੋਈ ਹਥਿਆਰ ਲੱਗਿਆ ਹੋਵੇ ਤੇ ਆਪਾਂ ਉਹਨੂੰ ਸਭ ਤੋਂ ਛੇਤੀ ਪੜਦੇ ਹਾਂ ਇਹ ਸੜਕ ਆਵਾਰਾ ਬੀ ਲਗਾਮ ਤੁਰਦੀ ਹੈ ਬੇਲਗਾਮ ਬਿਨਾ ਮੁਹਾਰਤੋਂ ਬਿਨਾ ਲਗਾਮ ਤੋਂ ਇੱਕ ਪਾਸੇ ਕਤਲਗਾਜ਼ ਹੈ ਉਹ ਤਰਫ ਵੀ ਮੁੜਦੀ ਹੈ ਕੱਟੇ ਸਿਰ ਫਟੇ ਪੈਰ ਤੁਰਦੀ ਹੀ ਜਾਂਦੀ ਹੈ ਬੇਕੱਦੇ ਮੈਦਾਨ ਸਰਪਟੋ ਉਲੰਘਦੀ ਹੋਈ ਪਰਬਤ ਚੜ ਜਾਂਦੀ ਹੈ ਜਦ ਅਗਾ ਤੁਰਨ ਲਈ ਕੋਈ ਰਸਤਾ ਨਹੀਂ ਮਿਲਦਾ ਕਿਸੇ ਚੋਟੀ ਦੇ ਗਲ ਲੱਗ ਕੇ ਹੇਠਾਂ ਲੰਮਕ ਜਾਂਦੀ ਹੈ ਸਥਾਪਤੀ ਤੋਂ ਬਹੁਤ ਪਹਿਲਾਂ ਸਮਾਪਤੀ ਓਮ ਸ਼ਾਂਤੀ ਇਹ ਕਹਿੰਦਾ ਵੀ ਸਥਾਪਤੀ ਤੋਂ ਪਹਿਲਾਂ ਦੀ ਸਮਾਪਤੀ ਹੈ ਜਿਸ ਉਹ ਸਮਾਪਤੀ ਹੁੰਦੀ ਹੈ ਤੇ ਆਪਾਂ ਓਮ ਸ਼ਾਂਤੀ ਸ਼ਬਦ ਦੀ ਵਰਤੋਂ ਕਰਦੇ ਹਾਂ ਸੜਕ ਦੇ ਸਪੇ ਉੱਤੇ ਲੋਕਾਂ ਦੇ ਪੈਰਾਂ ਹੇਠ ਕੁਚਲਿਆ ਮਰੁੰਡਿਆ ਹੋਇਆ ਮੇਰਾ ਖਤ ਮਰੋੜ ਕੇ ਆਪਾਂ ਕਿਸੇ ਕਾਗਜ਼ ਨੂੰ ਸੜ ਦਿੰਨੇ ਆਂ ਜ਼ਖਮੀ ਪਰ ਜੀਵਤ ਹੈ ਮਿੱਟੀ ਵਿੱਚ ਲਿਖਿਆ ਬਾਰ ਬਾਰ ਪੁੱਛਦਾ ਹੈ ਮਿੱਟੀ ਵਿੱਚ ਲਿਖਿਆ ਬਾਰ ਬਾਰ ਪੁੱਛਦਾ ਹੈ ਇਸ ਸੜਕ ਤੋਂ ਬਗੈਰ ਤੈਨੂੰ ਮਿਲਣ ਦਾ ਹੋਰ ਰਾਹ ਕਿਹੜਾ ਹੈ ਕਿ ਉਹ ਪ੍ਰੇਮੀ ਦੇ ਰੂਪ ਵਿੱਚ ਆਪਣੀ ਪ੍ਰੇਮਿਕਾ ਨੂੰ ਕਹਿ ਰਿਹਾ ਵੀ ਇਹ ਸੜਕ ਤੋਂ ਬਿਨਾ ਇਸ ਖੱਤ ਤੋਂ ਬਿਨਾ ਹੋਰ ਕਿਹੜਾ ਰਾਹ ਇਸ ਕੋਈ ਸਾਜ਼ਿਸ਼ ਨਹੀਂ ਗੋਸ਼ੇ ਵਿੱਚ ਕਿਉਂ ਮਿਲਿਆ ਕਿਉਂ ਉਲੇ ਦੇ ਵਿੱਚ ਮਿਲਿਆ ਆਪਾਂ ਕਿਹੜਾ ਕੋਈ ਸਾਜ਼ਿਸ਼ ਕੀਤੀ ਹੈ ਇਸ ਕੀਤਾ ਦੋਸਤੀ ਸਰਪਰਸਤੀ ਨਹੀਂ ਹਰ ਸਮੇਂ ਇੱਕ ਪਾਸੇ ਨਮਸਕਾਰ ਕਿਉਂ ਹੋਵੇ ਮੈਂ ਹੀ ਕੱਲਾ ਕਿਉਂ ਕਰਾਂ ਸਰਪਰਸਤੀ ਮੇਰੀ ਕਿਉਂ ਹੋਵੇ ਪਿਆਰ ਦੇ ਹਰਫ ਵਿੱਚ ਭਾਵੇਂ ਪਿਆਰ ਦੇ ਹਰਫ ਭਾਵੇਂ ਗਲਤਮਲਤ ਪੜ ਜਾਈਏ ਪਿਆਰ ਦੱਸਦਾ ਪੰਡਤ ਟੀਕਾ ਕਰ ਕਿਉਂ ਹੋਵੇ ਵੀ ਪਿਆਰ ਦੇ ਆਪਾਂ ਆਖਰ ਭਾਵੇਂ ਗਲਤ ਮਿਲਤ ਪੜ ਜਾਈਏ ਪਰ ਪਿਆਰ ਦਾ ਜਿਹੜਾ ਅਪਣ ਜਿੰਤਲਵ ਕੀਆ ਪਿਆਰ ਪੜਾਉਣ ਵਾਲਾ ਜਿਹੜਾ ਆਪਾਂ ਨੂੰ ਸਮਾਜਿਕ ਕਦਰਾਂ ਕੀਮਤਾਂ ਜੜੀਆਂ ਉਹ ਆਪਣੇ ਆਪ ਨੂੰ ਇਨਾ ਵਿਦਵਾਨ ਕਿਉਂ ਸਮਝਦੀਆਂ ਤੂੰ ਸਫਰ ਦਾ ਸੇਦਾਈ ਸੇਦਾਈ ਮਤਲਬ ਪਾਗਲ ਧੁੱਪ ਜੇ ਆ ਤੇਰਾ ਪਿੰਡਾ ਸਭ ਨੂੰ ਛੋ ਜਾਂਦਾ ਸੀ ਜੀ ਕਰੇ ਤਾਂ ਮੀ ਬਣ ਕੇ ਸਭ ਤੇ ਡੁੱਲ ਜਾਂਦਾ ਸੀ ਬਹੁਤ ਸਮਾ ਹੋਇਆ ਤੂੰ ਪਰੇ ਨਹੀਂ ਮਿਲਿਆ ਤੈਨੂੰ ਕੀ ਮਜਬੂਰੀ ਕਿਸਦਾ ਡਰ ਕੀ ਖਤਰਾ ਸਦਾ ਚੌਪਦਾਰਾਂ ਵਿੱਚ ਤੂੰ ਕਿਉਂ ਰਹੀਂ ਕਿਰਿਆ ਤੂੰ ਹੀ ਹਮੇਸ਼ਾ ਕਿਉਂ ਇਹਨਾਂ ਲੋਕਾਂ ਦੇ ਵਿੱਚ ਕਿਰਿਆ ਰਵੇਂ ਸਮਾਜਿਕ ਕਦਰਾਂ ਕੀਮਤਾਂ ਦੇ ਹੇਠ ਆਪਣੇ ਪਿਆਰ ਦੀ ਕੁਰਬਾਨੀ ਦੇਣੀ ਪੈਂਦੀ ਹੈ ਨਾ ਤਾਂ ਇਹ ਇਹਦੇ ਵਿੱਚ ਕੀ ਹੈ ਪਿਆਰ ਦੀ ਕੁਰਬਾਨੀ ਦੀ ਗੱਲ ਕੀਤੀ ਗਈ ਹੈ ਦਸਤ ਪੰਜੇ ਦੀ ਖਾਤਰ ਮੈਂ ਤੇਰੇ ਕਿਲੇ ਅੰਦਰ ਹਰਗिज ਨਹੀਂ ਆ ਸਕਦਾ ਦਸਤ ਪੰਜਾ ਹੱਥ ਮਿਲਾਉਣ ਦੀ ਕਿਰਿਆ ਹੈਲੋ ਹਾਈ ਕਰਨ ਦੀ ਕਿਰਿਆ ਤੇਰੀ ਦਹਲੀਜ਼ ਤੋਂ ਉড়া ਕਰੜੀ ਦਰਬਾਨੀ ਹੈ ਮੈਂ ਤੈਨੂੰ ਮਿਲਣਾ ਹੈ ਇਹ ਰੀ ਦਹਲੀਜ ਤੋਂ ਹੋਰ ਆ ਦਰਬਾਨੀ ਦਰਬਾਨ ਜਿਹੜੇ ਤੇਰੇ ਮਤਲਬ ਕੀ ਹੈ ਵੀ ਉਹ ਬੌਂਸਰ ਮੈਂ ਤੈਨੂੰ ਮਿਲਣਾ ਹੈ ਜਿਸ ਤਰ੍ਹਾਂ ਬਾਕੀ ਨੂੰ ਬਾਕੀ ਮਿਲ ਸਕਦਾ ਹੈ ਕਹਿੰਦਾ ਮੈਂ ਤੈਨੂੰ ਓਵੇਂ ਮਿਲਣਾ ਵੀ ਜਿਵੇਂ ਇੱਕ ਬਾਗੀ ਨੂੰ ਬਾਗੀ ਮਿਲਦਾ ਮੈਂ ਤੇਰੀ ਪਰਜਾ ਨਹੀਂ ਦੋਸਤ ਹਾਂ ਵੀ ਮੈਂ ਪਰਜਾ ਨਹੀਂ ਵੀ ਪਹਿਲਾਂ ਮੈਂ ਉਹਨਾਂ ਤੋਂ ਇਜਾਜ਼ਤ ਲੈ ਕੇ ਆਵਾਂ ਜਿਹੜੇ ਖੜੇ ਆ ਜਿਹੜੇ ਦਰਬਾਨ ਉਹਨਾਂ ਤੋਂ ਲੋਕਾਂ ਦੇ ਦਿਲ ਜਾਨੀ ਪਾਤਸ਼ਾ ਨਹੀਂ ਹੁੰਦੇ ਜਿਹੜਾ ਦਿਲਜਾਨੀ ਹੈ ਮੇਰਾ ਉਹ ਪਾਤਸ਼ਾਹ ਥੋੜਾ ਹੋ ਸਕਦਾ ਮੇਰੇ ਵਾਸਤੇ ਦਿਲਜਾਨੀ ਹੈ ਬਰਾਬਰ ਦਾ ਸੜਕ ਦੇ ਸਫੇ ਉੱਤੇ ਇੱਕ ਖਤ ਮੈਂ ਤੇਰੇ ਨਾਮ ਤੇ ਲਿਖ ਕੇ ਖੰਬੇ ਤੇ ਟੰਗ ਦਿੱਤਾ ਹੈ ਤਾਂ ਕਿ ਤੈਨੂੰ ਮਿਲ ਸਕੇ ਤੇ ਕਾਵ ਸੰਗ੍ਰਹਿ ਦਾ ਨਾਮ ਹੈ ਸੜਕ ਦੇ ਸਫੇ ਉੱਤੇ ਕਵਿਤਾ ਦਾ ਨਾਮ ਵੀ ਹੈ ਸੜਕ ਦੇ ਸਫੇ ਉੱਤੇ ਤੇ ਕਾਵ ਸੰਗ੍ਰਹਿ ਦਾ ਨਾਮ ਵੀ ਹੈ ਸੜਕ ਦੇ ਸਫੇ ਉੱਤੇ ਅਗਲੀ ਕਵਿਤਾ ਹੈ ਚੱਲ ਖੁਸ਼ਬੋਏ ਚੱਲ ਖੁਸ਼ਬੋਏ ਮੇਰੀ ਕਾਵ ਯਾਤਰਾ ਦੇ ਕਾਵ ਸੰਗ੍ਰਹਿ ਤੋਂ ਲਈ ਗਈ ਹੈ ਚੱਲ ਖੁਸ਼ਬੋਏ ਧਿਆਨ ਰੱਖਣਾ ਇਸ ਸਟੇਜ ਨੂੰ ਚੱਲ ਖੁਸ਼ੋ ਬੋਏ ਹੁਣ ਹੋਰ ਕਿਤੇ ਚੱਲੀਏ ਬਹੁਤ ਚਿਰ ਬੈਠ ਲਿਆ ਹੁਣ ਇੱਥੋਂ ਹੀਲੀਏ ਕਵੀ ਆ ਜਿਹੜਾ ਉਹ ਸਮਾਜ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਉਹਨਾਂ ਤੋਂ ਪਾਸੇ ਜਾਣਾ ਚਾਹੁੰਦਾ ਸਮਾਜ ਦੇ ਬੰਧਨਾਂ ਤੋਂ ਕੇ ਦੀਆਂ ਓਡਿਕਾਂ ਕਵੀ ਨੂੰ ਗਿਲਾ ਰੋਸ ਹੈ ਇੱਕ ਤਰ੍ਹਾਂ ਦਾ ਮਨ ਦੇ ਵਿੱਚ ਕੇ ਦੀਆਂ ਓਡਿਕਾਂ ਇੱਥੇ ਕਿਸੇ ਨਹੀਂ ਆਵਣਾ ਕੱਲਿਆਂ ਦੀ ਜੂਨ ਉੱਠ ਭੋਗ ਲੈ ਨਿਕਲੀਏ ਹੋਕੇ ਵਾਂਗੂ ਉੱਠ ਜਾਤੇ ਹੰਝੂ ਹੋਕੇ ਢੋਲ ਜਾ ਤੁੰਬਾ ਤੁੰਬਾ ਟੋਟਾ ਦੀਜਾ ਬੈਠ ਨਾ ਨਚਲੀਏ ਥਾਵਾਂ ਵਾਲੇ ਥਾਉ ਥਾਈ ਇੱਥੇ ਬੈਠੇ ਰਹਿਣਗੇ ਅਸੀਂ ਤਾਂ ਨਿਥਾਵੇਂ ਐਵੇਂ ਥਾਵਾਂ ਕਾ ਨੂੰ ਮੱਲੀਏ ਦੂਰ ਜਦੋਂ ਕੋਈ ਦੁਖੀ ਹੋਵੇ ਵਾਜਾ ਮਾਰਦਾ ਆਪ ਤੁਰ ਜਾਈਏ ਕਿਸੇ ਹੋਰ ਨੂੰ ਨਕਲ ਲਈਏ ਜਦੋਂ ਕੋਈ ਦੁਖੀ ਹੋਵੇ ਤਾਂ ਉਸ ਦੀ ਸਹਾਇਤਾ ਸਾਨੂੰ ਖੁਦ ਕਰਨੀ ਚਾਹੀਦੀ ਹੈ ਚੱਲ ਖੁਸ਼ ਹੋਵੇ ਚੱਲ ਹੋਰ ਕਿਤੇ ਚੱਲੀਏ ਮੇਰੀ ਕਾਵਿ ਯਾਤਰਾ ਹੁਣ ਹੋਰ ਕਿਤੇ ਚੱਲੀ ਮੇਰੀ ਕਾਵਿ ਯਾਤਰਾ ਕਾਵਿ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ ਇਹ ਤੇ ਇਹ ਕਵਿਤਾ ਦਾ ਨਾਮ ਹੈ ਚੱਲ ਖੁਸ਼ਬੋਏ ਮੈਂ ਤੁਹਾਨੂੰ ਜਿਵੇਂ ਵਾਰੀ ਵਾਰੀ ਕਹਿਣਾ ਰਹਿਣਾ ਵੀ ਤੁਸੀਂ ਇਹ ਕੰਮ ਜ਼ਰੂਰ ਕਰਨਾ ਤੋ ਤੁਹਾਡਾ ਕੰਮ ਕੀ ਹੈ ਕਵਿਤਾ ਲਿਖੀ ਆ ਕਵਿਤਾ ਦੇ ਨਾਮ ਲਿਖ ਲੈ ਜਿੰਨੀਆਂ ਵੀ ਹੈ ਹੁਣ ਡਾਕਟਰ ਹਰਪ੍ਰਜਨ ਸਿੰਘ ਦੀਆਂ ਪੰਜ ਕਵਿਤਾਵਾਂ ਪੰਜਾਂ ਦੇ ਪੰਜਾਂ ਦੇ ਨਾਮ ਅਕੀ ਉਹਨਾਂ ਦੇ ਕਾਵਿ ਸੰਗ੍ਰਹਿ ਦੇ ਨਾਮ ਲਿਖਦੇ ਯਾਦ ਰੱਖੋਗੇ ਵਾਰੀ ਵਾਰੀ ਤਾਂ ਬੇਟਾ ਜੀ ਤੁਹਾਡੇ ਪ੍ਰਸ਼ਨ ਬਹੁਤ ਸਹੀ ਹੋਣੇ ਆ ਮੇਰੇ ਤੋਂ ਲਿਖ ਕੇ ਲੈ ਲਓ ਠੀਕ ਹੈ ਜੀ ਅਗਲੀ ਜਮਾਤ ਵਿੱਚ ਜਲਦੀ ਮਿਲਦੇ ਆ ਨਵਾਂ ਕਵੀ ਇੱਕ ਲੈ ਕੇ ਆਪਾਂ ਜਲਦੀ ਮਿਲਾਂਗੇ ਜੀ ਰੱਬ ਰਾਖਾ